ਤੁਸੀਂ ਵੇਖ ਰਹੇ ਹੋ ਜਸ ਪੰਜਾਬੀ, ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਨੌਰਥ ਅਮਰੀਕਾ ਦੇ ਵਿੱਚ ਵੱਸਦੇ ਸਾਰੇ ਦਰਸ਼ਕਾਂ ਨੂੰ ਮੇਰੀ ਤਰਫੋਂ ਪਿਆਰ ਅਤੇ ਅਦਬ ਸਹਿਤ ਸਤਿ ਸ੍ਰੀ ਅਕਾਲ। ਰੋਜ਼ ਆਉਂਦੇ ਹਾਂ ਔਰ ਇਸ ਮੰਚ ਨੂੰ ਤੁਹਾਡੇ ਲਈ ਸਜਾਉਂਦੇ ਹਾਂ ਔਰ ਕੋਸ਼ਿਸ਼ ਕਰਦੇ ਹਾਂ ਕਿ ਕੁਝ ਅਹਿਮ ਵਿਸ਼ਿਆਂ ਦੇ ਉੱਤੇ ਅਸੀਂ ਗੱਲ ਕਰ ਸਕੀਏ। ਅੱਜ ਜਿੱਥੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀ ਧਰਤੀ ਦੇ ਉੱਤੇ ਔਰ ਵਰਲਡ ਦੇ ਵਿੱਚ ਹਰ ਕੋਨੇ ਦੇ ਵਿੱਚ ਕ੍ਰਿਸਮਸ ਮਨਾਈ ਜਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਸਿੱਖ ਕੌਮ ਉਹਨਾਂ ਸ਼ਹੀਦਾਂ ਨੂੰ ਵੀ ਯਾਦ ਕਰ ਰਹੀ ਹੈ। ਔਰ ਇਹ ਪੂਰਾ ਵੀਕ ਜਿਹੜਾ ਬਾਕਾਇਦਾ ਤੌਰ 'ਤੇ ਜਿੰਨੇ ਵੀ ਗੁਰੂ ਘਰ ਹੈਗੇ ਨੇ ਔਰ ਜਿੰਨੀ ਵੀ ਸੰਸਥਾ ਹੈਗੀਆਂ ਹਨ ਉਹ ਇਸ ਪੂਰੇ ਵੀਕ ਨੂੰ ਸਮਰਪਿਤ ਕਰ ਰਹੀਆਂ ਹਨ ਸਾਡੇ ਸ਼ਹੀਦਾਂ ਨੂੰ ਔਰ ਖਾਸ ਤੌਰ ਦੇ ਉੱਤੇ ਸਾਹਿਬਜ਼ਾਦਿਆਂ ਨੂੰ। ਅਤੇ ਅੱਜ ਜਸ ਪੰਜਾਬੀ ਵੀ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਇਸ ਮੰਚ ਨੂੰ ਉਸੇ ਤਰੀਕੇ ਨਾਲ ਔਰ ਉਸੇ ਹਿਸਾਬ ਨਾਲ ਤਿਆਰ ਕਰਕੇ ਆਇਆ ਔਰ ਜਿਹੜੀ ਅੱਜ ਗੱਲ ਅਸੀਂ ਤੁਹਾਡੇ ਸਾਹਮਣੇ ਰੱਖਾਂਗੇ ਬਹੁਤ ਇੰਪੋਰਟੈਂਟ ਹੈ। ਇੰਪੋਰਟੈਂਟ ਇਸ ਕਰਕੇ ਹੈ ਕਿ ਉਹਦੇ ਵਿੱਚ ਕਈ ਸਾਰੇ ਸਵਾਲ ਮੇਰੇ ਵੀ ਸੀਗੇ, ਕਈ ਸਾਰੇ ਸਵਾਲ ਤੁਹਾਡੇ ਵੀ ਹੋਣਗੇ। ਅੱਜ ਉਹਨਾਂ ਸਾਰੇ ਸਵਾਲਾਂ ਦਾ ਜਵਾਬ ਮਿਲੇਗਾ। ਸਵਾਲ ਕਿਹੜੇ ਕਿਹੜੇ ਸੀਗੇ? ਸਵਾਲ ਇਹ ਸੀਗੇ ਕਿ ਮੈਂ ਸੋਚਦਾ ਸੀਗਾ ਕਿ ਗੁਰੂ ਸਾਹਿਬ ਨੇ ਸਾਨੂੰ ਇੰਨੀ ਵਧੀਆ, ਜਿਵੇਂ ਲੱਖ 84 ਅਸੀਂ ਕਹਿੰਦੇ ਕਿ ਜੂਨਾ ਕੱਢਣ ਤੋਂ ਬਾਅਦ ਸਾਨੂੰ ਇਹ ਜਿਹੜਾ ਹਿਊਮਨ ਦਾ ਇੱਕ ਸਾਨੂੰ ਬਰਥ ਮਿਲਦਾ, ਅਸੀਂ ਪੈਦਾ ਹੁੰਦੇ ਹਾਂ। ਲੇਕਿਨ ਅਗਰ ਅਸੀਂ ਪੁਰਾਤਨ ਸਮੇਂ ਦੀ ਗੱਲ ਕਰੀਏ ਅਤੇ ਜਿਹੜੇ ਸ਼ਹੀਦ ਹੋਏ, ਭਾਵੇਂ ਉਹਨਾਂ ਨੇ ਕੌਮ ਦੇ ਲਈ ਚੜ੍ਹਦੀ ਕਲਾ ਨੂੰ, ਕੌਮ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਦੇ ਲਈ ਉਹ ਅੱਗੇ ਵਧੇ ਗਏ, ਲੇਕਿਨ ਉਹਨਾਂ ਦੇ ਵਿੱਚ ਉਹ ਜਜ਼ਬਾ ਕੀ ਸੀਗਾ, ਕਿਹੜਾ ਉਹਨਾਂ ਦੇ ਵਿੱਚ ਉਹ ਗਿਆਨ ਸੀਗਾ, ਕਿਹੜਾ ਉਹ ਬਲ ਸੀਗਾ ਕਿ ਉਹ ਬਿਲਕੁਲ ਵੀ ਘਬਰਾਏ ਨਹੀਂ, ਡਰੇ ਨਹੀਂ, ਕਿਹੜੀ ਉਹਨਾਂ ਦੇ ਵਿੱਚ ਉਹ ਰੂਹਾਨੀਅਤ ਤਾਕਤਾਂ ਸੀਗੀਆਂ, ਭਾਵੇਂ ਉਹ ਸਾਹਿਬਜ਼ਾਦਿਆਂ ਦੇ ਵਿੱਚ ਹੋਵੇ, ਭਾਵੇਂ ਜਿਹੜੇ ਹੋਰ ਸਾਡੇ ਸਿੰਘ ਸ਼ਹੀਦ ਹੋਏ ਨੇ ਉਹਨਾਂ ਦੇ ਵਿੱਚ ਸੀਗੀ। ਉਹ ਇਸ ਧਰਤੀ ਦੇ ਉੱਤੇ ਜਨਮ ਕਿਉਂ ਲੈਂਦੇ ਹਨ? ਜਾਂ ਫਿਰ ਸਾਡਾ ਜਨਮ ਹੀ ਸਿੱਖ ਕੌਮ ਦੇ ਵਿੱਚ ਕਿਉਂ ਹੋਇਆ, ਔਰ ਐਜ਼ ਐਨ ਹਿਊਮਨ ਬੀਇੰਗ ਕਿਉਂ ਹੋਇਆ? ਜਾਂ ਫਿਰ ਅਸੀਂ ਕਿਸੇ ਵੀ ਭਾਈਚਾਰੇ ਨਾਲ ਸੰਬੰਧ ਰੱਖਦੇ ਹਾਂ, ਦਿਸ ਇਜ਼ ਨੋਟ ਓਨਲੀ ਰਿਲੇਟਡ ਟੂ ਸਿੱਖ ਕਮਿਊਨਿਟੀ, ਦਿਸ ਪ੍ਰੋਗਰਾਮ ਦਿਸ ਇਜ਼ ਰਿਲੇਟਡ ਟੂ ਐਵਰੀਵਨ, ਕਿਉਂਕਿ ਕੋਈ ਵੀ ਰਿਲੀਜਨ ਇਨਸਾਨੀਅਤ ਤੋਂ ਉੱਤੇ ਨਹੀਂ ਹੈ। ਨੋ ਰਿਲੀਜਨ ਇਜ਼ ਹਾਇਰ ਦੈਨ ਹਿਊਮੈਨਿਟੀ। ਲੇਕਿਨ ਹਿਊਮੈਨਿਟੀ ਦੀ ਗੱਲ ਜਿੱਥੇ ਸਾਨੂੰ ਇਸ ਸਾਲ ਦੇ ਵਿੱਚ ਵੱਖ ਵੱਖ ਪ੍ਰੋਗਰਾਮਾਂ ਦੇ ਵਿੱਚ 550 ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਨਾਨਕ ਦੇਵ ਜੀ ਦੇ ਜਿੰਨੇ ਵੀ ਪ੍ਰੋਗਰਾਮ ਹੋਏ ਵਰਲਡ ਦੇ ਕਿਸੇ ਵੀ ਕੋਨੇ ਦੇ ਵਿੱਚ, ਅਸੀਂ ਉੱਥੋਂ ਸਿੱਖ ਕੇ ਕੀ ਆਏ ਗੁਰੂ ਸਾਹਿਬ ਦੇ ਫਲਸਫੇ ਨੂੰ? ਗੁਰੂ ਨਾਨਕ ਦੇਵ ਜੀ ਦੇ ਉਹਨਾਂ ਸਾਰੇ ਇਗਜ਼ਾਮਪਲਸ ਜੋ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਸੈੱਟ ਕੀਤੇ, ਆਪਾਂ ਕੀ ਉਹਨਾਂ ਦੇ ਵਿੱਚ ਸਿੱਖਿਆ, ਕੀ ਅਸੀਂ ਖੱਟਿਆ ਔਰ ਕੀ ਅਸੀਂ ਅੱਗੇ ਆਉਣ ਵਾਲੀ ਜਨਰੇਸ਼ਨ ਨੂੰ ਦੇ ਰਹੇ ਹਾਂ? ਅੱਜ ਅਸੀਂ ਅਮੈਰੀਕਾ ਦੀ ਧਰਤੀ ਦੇ ਉੱਤੇ ਆ ਕੇ ਵਸੇ ਹਾਂ, ਵਰਲਡ ਦੇ ਕੋਨਿਆਂ ਦੇ ਵਿੱਚ ਜਾ ਕੇ ਪੰਜਾਬੀ ਆਪਣੇ ਬਲ ਦੇ ਸਦਕਾ, ਆਪਣੀ ਹਿੰਮਤ ਦੇ ਸਦਕਾ, ਆਪਣੇ ਹਾਰਡ ਵਰਕ ਦੇ ਸਦਕਾ ਆਪਣੀ ਰਿਕੋਗਨੇਸ਼ਨ ਤਾਂ ਬਣਾ ਰਹੇ ਹਨ, ਲੇਕਿਨ ਕੀ ਅਸੀਂ ਆਪਣੇ ਕਿਰਦਾਰ ਨੂੰ ਬਣਾਉਣ ਦੇ ਵਿੱਚ ਕਾਮਯਾਬ ਹੋ ਰਹੇ ਕਿ ਨਹੀਂ ਹੋ ਰਹੇ? ਵੱਡਾ ਸਵਾਲ ਬਣਦਾ, ਸਾਡਾ ਕਿਰਦਾਰ ਕੀ ਹੈ? ਔਰ ਮੈਂ ਇਸ ਗੱਲ ਨੂੰ ਜ਼ਰੂਰ ਸਮਝਾਂਗਾ ਕਿ ਜੇ ਇਹ ਕਿਰਦਾਰ ਸਾਡੇ ਉਹਨਾਂ ਸਿਆਸੀ ਲੀਡਰਾਂ ਦੇ ਵਿੱਚ, ਪੰਥਕ ਆਗੂਆਂ ਦੇ ਵਿੱਚ ਵਸਦਾ ਤਾਂ ਹੈ ਕਿੱਥੇ ਨਾ ਕਿੱਥੇ, ਤਾਂ ਹੀ ਗੁਰੂ ਸਾਹਿਬ ਨੇ ਇੰਨੀ ਵੱਡੀ ਬਖਸ਼ਿਸ਼ ਕੀਤੀ ਹੋਈ, ਉਹਨਾਂ ਨੂੰ ਨਾਮ ਦਿੱਤਾ, ਉਹਨਾਂ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਜਾਂਦਾ। ਲੇਕਿਨ ਕੀ ਉਹਨਾਂ ਦੇ ਵਿੱਚ ਕਮੀਆਂ ਹਨ ਜੋ ਉਹਨਾਂ ਨੂੰ ਪਿੱਛੇ ਵੀ ਖਿੱਚਦੀਆਂ ਹਨ, ਜਿਸ ਕਰਕੇ ਲੋਕ ਲਾਈਕ ਨਹੀਂ ਡਿਸਲਾਈਕ ਕਰਨਾ ਸ਼ੁਰੂ ਹੋ ਜਾਂਦੇ ਹਨ? ਕੀ ਆ ਜਾਂਦਾ ਉਹਨਾਂ ਦੇ ਮਨਾਂ ਦੇ ਵਿੱਚ? ਅੱਜ ਤੁਸੀਂ ਘਰ ਦੇ ਵਿੱਚ ਬਹਿ ਕੇ ਇਸ ਪ੍ਰੋਗਰਾਮ ਨੂੰ ਵੇਖ ਰਹੇ ਹੋ ਕਿਉਂਕਿ ਤੁਹਾਡਾ ਮਨ ਕਰਦਾ ਕਿ ਮੁੱਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਇਸ ਮੰਚ ਦੇ ਉੱਤੇ ਕੋਈ ਨਾ ਕੋਈ ਨਵੀਂ ਗੱਲ ਲੈ ਕੇ ਆਉਂਦਾ। ਅੱਜ ਵੀ ਤੁਹਾਡੇ ਲਈ ਬਹੁਤ ਹੀ ਅਹਿਮ ਗੱਲ, ਜੋ ਕਿ ਗੱਲ ਸਾਨੂੰ ਸਿਰਫ ਗੱਲਾਂ ਦੇ ਵਿੱਚ ਨਹੀਂ ਮਿਲਣਗੀਆਂ, ਪ੍ਰੈਕਟੀਕਲ ਵੇਖਣ ਨੂੰ ਮਿਲਣਗੀਆਂ। ਕਿਉਂਕਿ ਪ੍ਰੈਕਟੀਕਲ ਤੋਂ ਮੈਨੂੰ ਯਾਦ ਆਇਆ ਜਿਹੜੀ ਸਾਡੀ ਹੋਲੀ ਬੁੱਕ ਹੈਗੀ ਹੈ, ਜਿਹਦੇ ਅੱਗੇ ਅਸੀਂ ਨਤਮਸਤਕ ਹੁੰਦੇ ਹਾਂ, ਉਹ ਸਾਨੂੰ ਕੀ ਸਿਖਾਉਂਦੀ ਹੈ? ਜਿੰਨਾ ਮਰਜ਼ੀ ਅਸੀਂ ਗਿਆਨ ਸਿੱਖ ਲਈਏ ਉਹ ਘੱਟ ਹੈ, ਲੇਕਿਨ ਅੱਜ ਅਸੀਂ ਇਸ ਪ੍ਰੋਗਰਾਮ ਦੇ ਤਹਿਤ 35-40 ਮਿੰਟਾਂ ਦੇ ਵਿੱਚ ਉਹਨੂੰ ਜ਼ਰੂਰ ਸਮਝਣ ਦੀ
ਕੋਸ਼ਿਸ਼ ਕਰਾਂਗੇ। ਮਨ ਦੇ ਵਿੱਚ ਸਵਾਲ ਸੀਗੇ ਕਿ ਗੁਰੂ ਸਾਹਿਬ ਨੇ ਇਹਨਾਂ ਸ਼ਹੀਦਾਂ ਦੇ ਉੱਤੇ ਕੀ ਇੰਨੀ ਬਖਸ਼ਿਸ਼ ਕੀਤੀ ਹੋਈ ਸੀਗੀ, ਕੀ ਇਹ ਤਿਆਰ ਰਹਿੰਦੇ ਸੀਗੇ ਕਿ ਨਹੀਂ ਅਸੀਂ ਸ਼ਹੀਦ ਹੋਣਾ, ਸਾਹਿਬਜ਼ਾਦਿਆਂ ਦੇ ਵਿੱਚ ਕਿਹੜੀ ਉਹ ਰੂਹਾਨੀ ਤਾਕਤ ਸੀਗੀ, ਸਾਡੇ ਗੁਰੂਆਂ ਦੇ ਵਿੱਚ ਕਿਹੜੀ ਤਾਕਤ ਸੀਗੀ, ਕੀ ਸੀਗਾ ਉਹਨਾਂ ਦੇ ਵਿੱਚ ਜੋ ਅਸੀਂ ਨਹੀਂ ਲਿਆ ਸਕਦੇ, ਜਾਂ ਫਿਰ ਲਿਆ ਸਕਦੇ ਹਾਂ ਤਾਂ ਕਿਵੇਂ ਲਿਆ ਸਕਦੇ ਹਾਂ। ਇਸ ਉੱਤੇ ਚੜ੍ਹਨਾ ਪਾਵਾਂਗੇ। ਮੇਰੇ ਨਾਲ ਮੰਚ ਦੇ ਉੱਤੇ ਵਿਰਾਜਮਾਨ ਹਨ ਭਾਈ ਕਮਲਜੀਤ ਸਿੰਘ ਜੀ, ਨਿਊਯਾਰਕ ਵਾਲੇ। ਉਹਨਾਂ ਨੂੰ ਮੈਂ ਤੁਹਾਡੇ ਨਾਲ ਤਾਰੁਫ ਕਰਾਉਣਾ ਚਾਹੁੰਦਾ। ਅੱਜ ਜੋ ਬਕਾਇਦਾ ਬੋਰਡ ਦੇ ਉੱਤੇ ਉਹਨਾਂ ਨੇ ਕੁਝ ਲਿਖਿਆ ਹੋਇਆ, ਉਹਨਾਂ ਸਾਰੀ ਗੱਲਾਂ ਨੂੰ ਤੁਹਾਨੂੰ ਸਮਝਾਉਣਗੇ ਔਰ ਮੇਰੇ ਸਵਾਲਾਂ ਦੇ ਜਵਾਬ ਵੀ ਦੇਣਗੇ। ਜੇਕਰ ਤੁਹਾਡੇ ਵੀ ਕੋਈ ਸਵਾਲ ਹੋਣ ਤਾਂ ਤੁਸੀਂ ਵੀ ਕਾਲ ਕਰਕੇ ਆਪਣੇ ਸਵਾਲ ਪੁੱਛ ਸਕਦੇ ਹੋ। ਇਹਨੂੰ ਅਸੀਂ ਇਸ ਪ੍ਰੋਗਰਾਮ ਨੂੰ ਅਸੀਂ ਚਾਹਾਂਗੇ ਕਿ ਅੱਜ ਅਸੀਂ ਇਹਨੂੰ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਕਰੀਏ, ਉਹਨਾਂ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਰੀਏ ਜੋ ਕਿ ਸਾਨੂੰ ਸਭ ਤੋਂ ਵੱਡੀ ਜ਼ਿੰਮੇਵਾਰੀ ਦਾ ਅਹਿਸਾਸ ਉਹ ਦੱਸ ਕੇ ਗਏ ਸੀਗੇ। ਮੈਂ ਤਾਰੁਫ ਕਰਨਾ ਚਾਹੁੰਦਾ, ਨਿੱਘਾ ਸਵਾਗਤ ਕਰਨਾ ਚਾਹੁੰਦਾ, ਫਤਿਹ ਦੀ ਸਾਂਝ ਪਾਉਣਾ ਚਾਹੁੰਦਾ ਭਾਈ ਕਮਲਜੀਤ ਸਿੰਘ ਜੀ ਹੋਰਾਂ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਕਮਲਜੀਤ ਸਿੰਘ ਜੀ ਆਲ ਓਵਰ ਵਰਲਡ ਦੇ ਵਿੱਚ ਜਾ ਕੇ ਪ੍ਰਚਾਰ ਕਰਦੇ ਹਨ, ਔਰ ਪ੍ਰਚਾਰ ਕੀ ਕਰਦੇ ਹਨ, ਐਜ਼ ਐਨ ਹਿਊਮਨ ਬੀਇੰਗ ਸਾਨੂੰ ਕੀ ਲੋੜ ਹੈਗੀ ਹੈ ਔਰ ਸਾਡੀ ਜ਼ਿੰਮੇਵਾਰੀਆਂ ਕੀ ਹਨ, ਆਪਣੀ ਨਿੱਜੀ ਜ਼ਿੰਦਗੀ ਨੂੰ ਚਲਾਉਣ ਦੇ ਲਈ, ਪਰਿਵਾਰਕ ਜ਼ਿੰਦਗੀ ਨੂੰ ਚਲਾਉਣ ਦੇ ਲਈ, ਸਮਾਜਿਕ ਜ਼ਿੰਦਗੀ ਨੂੰ ਚਲਾਉਣ ਦੇ ਲਈ। ਅੱਜ ਇਹਨਾਂ ਸਾਰੀ ਗੱਲਾਂ ਦੇ ਉੱਤੇ ਚਾਨਣਾ ਪਾਵਾਂਗੇ। ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ, ਐਂਡ ਮੈਂ ਤੁਹਾਡਾ ਧੰਨਵਾਦ ਵੀ ਕਰਨਾ ਚਾਹਾਂਗਾ ਕਿ ਤੁਸੀਂ ਇੰਨਾ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਪ੍ਰੋਗਰਾਮ ਦੇ ਵਿੱਚ ਆਏ ਔਰ ਅੱਜ ਤੁਸੀਂ ਕਈ ਸਾਰੀ ਗੱਲਾਂ ਦੇ ਉੱਤੇ ਚਾਨਣਾ ਵੀ ਪਾਓਗੇ। ਇਹ ਕੀ ਤੁਸੀਂ ਬੋਰਡ ਦੇ ਵਿੱਚ ਤਿਆਰ ਕੀਤਾ ਹੋਇਆ, ਵਟ ਇਜ਼ ਦਿਸ? ਔਰ ਇਹ ਸਾਰਾ ਗੁਰਮੁਖ ਪਿਆਰਿਓ, ਜੋ ਗੁਰਬਾਣੀ ਸਾਨੂੰ ਮੈਸੇਜ ਦੇ ਰਹੀ 1430 ਅੰਗਾਂ ਦੇ ਵਿੱਚ, ਉਹ ਆਪਾਂ ਨੂੰ ਸ਼ਬਦਾਂ ਦੇ ਵਿੱਚ ਇਹ ਸਾਰਾ ਸਾਨੂੰ ਗਿਆਨ ਸਮਝਾ ਰਹੀ ਹੈ ਕਿ ਇੱਕ ਜਿਹੜਾ ਪਿਤਾ ਸਾਡਾ ਪਰਮਾਤਮਾ, ਇੱਕ ਤੋਂ ਆਪਾਂ ਕਿੱਦਾਂ ਵਿਛੜੇ, ਕਿੱਦਾਂ ਮਿਲਣਾ। ਇਹ ਬਾੜੀ ਆਪਾਂ ਨੂੰ ਮਿਲੀ ਹੈ, ਜੀਵਨ ਆਪਾਂ ਨੂੰ ਮਿਲਿਆ, ਇਹ ਜੀਵਨ ਦੇ ਵਿੱਚ ਆਪਾਂ ਸੰਸਾਰੀ ਪੱਧਰ 'ਤੇ ਕਿੱਦਾਂ ਕਰਮ ਕਰਨੇ ਨੇ, ਸੰਸਾਰ 'ਚ ਰਹਿ ਕੇ ਅਧਿਆਤਮਿਕ ਕਰਮ ਨੂੰ ਨਾਲ ਲੈ ਕੇ ਕਿੱਦਾਂ ਜਾਣਾ, ਇਹ ਸਾਰੀ ਵਿਚਾਰ ਜੋ ਸ਼ਬਦਾਂ ਦੇ ਵਿੱਚ ਸਤਿਗੁਰੂ ਨੇ 1430 ਅੰਗਾਂ 'ਚ ਆਪਾਂ ਨੂੰ ਬਖਸ਼ਿਸ਼ ਕੀਤੀ ਹੈ, ਆਪਾਂ ਉਹਦੇ ਆਧਾਰ 'ਤੇ ਕਿ ਇਹ ਬੋਰਡ ਦਾ ਇਸਤੇਮਾਲ ਇਸ ਕਰਕੇ ਕੀਤਾ ਕਿ ਕਈ ਵਾਰੀ ਸਾਡਾ ਧਿਆਨ ਇੱਧਰ ਉੱਧਰ ਚਲੇ ਜਾਂਦਾ, ਆਪਾਂ ਨੂੰ ਸਮਝ ਨਹੀਂ ਆਉਂਦੀ ਕਿ ਕੀ ਗੱਲ ਕੀਤੀ ਜਾ ਰਹੀ। ਬਿਲਕੁਲ ਗਿਆਨੀ ਜੀ, ਮੈਨੂੰ ਇਹਦੇ ਵਿੱਚ ਅਹੰਕਾਰ ਵੀ ਨਜ਼ਰ ਆ ਰਿਹਾ, ਇੱਕ ਗੋਲਾ ਵੀ ਨਜ਼ਰ ਆ ਰਿਹਾ, ਇੱਕ ਮੈਨੂੰ ਮਨੁੱਖ ਵੀ ਨਜ਼ਰ ਆ ਰਿਹਾ, ਕਈ ਅਹਿਮ ਸਾਰੀ ਗੱਲਾਂ ਨਜ਼ਰ ਆ ਰਹੀਆਂ ਹਨ ਇਹਦੇ ਵਿੱਚ। ਤੁਸੀਂ ਲਿਖਿਆ ਸੱਚ, ਪ੍ਰਕਾਸ਼, ਸ਼ਬਦ, ਨਾਦ ਅਤੇ ਸਹਿਜ, ਧਨ ਅਤੇ ਮਨ, ਧਿਆਨ, ਇਹ ਗੱਲਾਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਸੁਣਦੇ ਤਾਂ ਔਰ ਕਰਦੇ ਵੀ ਹਾਂ, ਲੇਕਿਨ ਕੀ ਸਮਝਣਾ ਚਾਹੀਦਾ ਸਾਨੂੰ ਇਸ ਬੋਰਡ ਤੋਂ ਔਰ ਸਾਨੂੰ ਕੀ ਆਪਣੇ ਮਨ ਦੇ ਵਿੱਚ ਵਸਾਉਣਾ ਚਾਹੀਦਾ? ਹਾਂਜੀ, ਇਸ ਤੋਂ ਸਾਰਾ ਭੇਤ ਜਦੋਂ ਆਪਾਂ ਵਿਚਾਰ ਸ਼ੁਰੂ ਕਰਾਂਗੇ ਅੱਗੇ, ਕਿਉਂਕਿ ਸਾਰਾ ਭੇਤ ਦਿੱਤਾ ਹੋਇਆ ਕਿ ਜਿਵੇਂ ਇਹ ਜਿਵੇਂ ਇੱਕ ਪਿਤਾ, ਇਸ ਕਰਕੇ ਆਪਾਂ ਬੋਰਡ ਇਸ ਕਰਕੇ ਲਾਇਆ ਕਿ ਜਿਹੜਾ ਸਾਡਾ ਧਿਆਨ ਇਕਾਗਰ ਹੋਵੇ ਕਿ ਜੋ ਗੁਰਬਾਣੀ ਆਪਾਂ ਨੂੰ ਕਦੇ ਕਹਿ ਦਿੰਦੇ ਵਿਚਾਰ, ਸੋਚਾਂ, ਮਨ ਦੀ ਮੈਲ, ਮਤਲਬ ਸਾਡਾ ਮਨ ਨਹੀਂ ਲੱਗਦਾ, ਸਾਡਾ ਗੁਰਬਾਣੀ ਪੜ੍ਹਦਾ ਮਨ ਬਾਹਰ ਚਲੇ ਜਾਂਦਾ, ਮਨ ਟਿਕਦਾ ਨਹੀਂ, ਮਨ 'ਚ ਕਲੇਸ਼ ਰਹਿੰਦਾ, ਉਹ ਫਿਰ ਕੀ ਹੁੰਦਾ, ਇਹ ਸਿਰਫ ਗੱਲਾਂ ਕਹਿ ਕੇ ਆਪਾਂ ਅੱਗੇ ਨਿਕਲ ਜਾਂਦੇ, ਉਹਦੀ ਵਿਚਾਰ ਨਹੀਂ ਕਰਦੇ। ਇਸ ਕਰਕੇ ਇਹ ਜਦੋਂ ਬੋਰਡ 'ਤੇ ਆਪਾਂ ਦੇਖਦੇ ਹਾਂ ਉਸ ਚੀਜ਼ਾਂ ਨੂੰ ਨਾਲ ਆਪਣੇ ਵਿਚਾਰ ਚੱਲਦੀ, ਸਾਡੇ ਜੀਵਨ ਦੀ ਗੁਰਬਾਣੀ ਜੋ ਆਪਾਂ ਨੂੰ ਸਮਝਾ ਰਹੀ ਹੈ, ਫਿਰ ਆਪਾਂ ਨੂੰ ਇਹ ਬੋਰਡ ਦੇ ਨਾਲ ਸਾਡਾ ਧਿਆਨ ਇਕਾਗਰ ਰਹਿੰਦਾ ਅਤੇ ਸਾਡਾ ਧਿਆਨ ਬਾਹਰ ਨਹੀਂ ਜਾਂਦਾ ਅਤੇ ਗੱਲ ਸਾਡੀ ਸਮਝ 'ਚ ਪੈ ਜਾਂਦੀ ਜੀ। ਇਸ ਕਰਕੇ ਬਿਲਕੁਲ ਜਿਵੇਂ ਕਿ ਮੈਂ ਆਪਣੇ ਦਰਸ਼ਕਾਂ ਨੂੰ ਵੀ ਇਸ ਗੱਲ ਦੀ ਜਾਣਕਾਰੀ ਦੇ ਰਿਹਾ ਸੀਗਾ, ਜਾਂ ਅਸੀਂ ਸਵਾਲ ਸੀਗੇ ਸਾਡੇ ਕਿ ਉਹ ਕਿਹੜੀ ਰੂਹਾਨੀਅਤ ਹੁੰਦੀ ਸੀਗੀ ਸਾਡੇ ਸ਼ਹੀਦਾਂ ਦੇ ਵਿੱਚ ਜੋ ਉਹਨਾਂ ਨੂੰ ਇੰਨਾ ਜਜ਼ਬਾ ਦਿੰਦੀ ਸੀਗੀ, ਬਲ ਦਿੰਦੀ ਸੀਗੀ, ਔਰ ਉਹਨਾਂ ਦਾ ਧਿਆਨ ਗੁਰੂ ਦੇ ਨਾਲ ਹਮੇਸ਼ਾ ਲੱਗਿਆ ਰਹਿੰਦਾ ਸੀਗਾ, ਜਿਵੇਂ ਤੁਸੀਂ ਦੱਸਿਆ ਸ਼ਬਦ ਦੇ ਨਾਲ ਲੱਗਿਆ ਰਹਿੰਦਾ ਸੀਗਾ। ਅੱਜ ਇਸ ਜ਼ਿੰਦਗੀ ਦੇ ਵਿੱਚ ਅਸੀਂ ਕਿਹੜੀ ਗੱਲਾਂ ਤੋਂ ਪਿੱਛੇ ਜਾ ਰਹੇ ਹਾਂ, ਔਰ ਕਿਉਂ ਨਹੀਂ ਸਾਡਾ ਮਨ ਟਿਕਦਾ, ਔਰ ਕੀ ਅਸੀਂ ਉਹ ਆਪਣੇ ਅੰਦਰ ਕਿਰਦਾਰ ਲਿਆ ਸਕਦੇ ਹਾਂ, ਬਿਲਕੁਲ, ਜੋ ਉਹਨਾਂ ਸਿੰਘਾਂ ਦੇ ਵਿੱਚ ਸੀਗਾ, ਜੋ ਉਹਨਾਂ ਸ਼ਹੀਦਾਂ ਦੇ ਵਿੱਚ ਸੀਗਾ। ਅਸੀਂ ਉਹਨਾਂ ਦੇ ਵਰਗੇ ਤਾਂ ਨਹੀਂ ਬਣ ਸਕਦੇ, ਲੇਕਿਨ ਕੁਝ ਅਜਿਹੀ ਗੱਲਾਂ ਗੁਰੂ ਤੋਂ ਸਿੱਖ ਕੇ, ਗੁਰਬਾਣੀ ਤੋਂ ਸਿੱਖ ਕੇ ਲਿਆ ਸਕਦੇ ਹਾਂ। ਇਹੀ ਹੈ ਅੱਜ ਦਾ ਮੁੱਦਾ, ਕਰਾਂਗੇ ਇਸ ਉੱਤੇ ਵਿਚਾਰ ਵਟਾਂਦਰਾ ਇਸ ਬ੍ਰੇਕ ਤੋਂ ਉਸ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ ਭਾਈ ਕਮਲਜੀਤ ਸਿੰਘ ਜੀ, ਨਿਊਯਾਰਕ ਵਾਲੇ ਮੇਰੇ ਨਾਲ ਜੁੜੇ ਹੋਏ ਹਨ ਇਸ ਮੰਚ ਦੇ ਉੱਤੇ, ਅਤੇ ਗੱਲ ਕਰ ਰਹੇ ਸੀਗੇ ਕਿ ਕਿਵੇਂ ਅਸੀਂ ਆਪਣੀ ਲਾਈਫ ਨੂੰ ਵਧੀਆ ਢੰਗ ਦੇ ਨਾਲ ਜੀ ਸਕਦੇ ਹਾਂ, ਔਰ ਕਿਵੇਂ ਪ੍ਰੈਕਟੀਕਲ ਤੌਰ ਦੇ ਉੱਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਚੱਲਣਾ ਸਿਖਾਉਂਦੇ ਹਨ। ਭਾਈ ਸਾਹਿਬ ਜੀ, ਮੈਂ ਜ਼ਰੂਰ ਜਾਣਨਾ ਚਾਹਾਂਗਾ, ਤੁਸੀਂ ਸਾਡੇ ਦਰਸ਼ਕਾਂ ਨੂੰ ਜ਼ਰੂਰ ਸਮਝਾਓ ਇਸ ਬੋਰਡ ਦੇ ਰਾਹੀਂ। ਬਿਲਕੁਲ ਜੀ। ਹਾਂਜੀ, ਗੁਰਮੁਖ ਪਿਆਰੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਤਾ ਦੁਆਰਾ
ਆਪਾਂ ਨੂੰ ਇਹ ਮਨੁੱਖਾ ਦੇਹੀ ਮਿਲੀ ਹੈ, ਜਿਸ ਦੇਹੀ ਵਿੱਚ ਰਹਿ ਕੇ ਆਪਾਂ ਆਪਣੇ ਵਿਰਸੇ ਨੂੰ, ਆਪਣੇ ਇਤਿਹਾਸ ਨੂੰ, ਅੱਜ ਚਾਰ ਸਾਹਿਬਜ਼ਾਦਿਆਂ ਦਾ, ਮਾਤਾ ਗੁਰਜੀ ਕੌਰ ਦਾ, ਆਪਾਂ ਜੋ ਸ਼ਹੀਦੀ ਦਿਹਾੜੇ ਆਲ ਓਵਰ ਵਰਲਡ ਦੇ ਵਿੱਚ ਆਪਾਂ ਮਨਾ ਰਹੇ ਹਾਂ, ਗੁਰਮੁਖ ਪਿਆਰਿਓ, ਜਿਵੇਂ ਆਪਾਂ ਮਨਾਉਣਾ ਹੁੰਦਾ ਅਤੇ ਨਾਲ ਉਹਨਾਂ ਤੋਂ ਸੇਧ ਲੈ ਕੇ ਕਮਾਉਣਾ ਹੁੰਦਾ, ਆਪਾਂ ਮਨਾਉਣ ਦੇ ਵਿੱਚ ਜ਼ਿਆਦਾ ਬਲ ਲਾ ਦਿੱਤਾ, ਕਮਾਉਣਾ ਆਪਾਂ ਭੁੱਲ ਗਏ, ਨਾ ਕਮਾਉਣ ਕਰਕੇ ਅੱਜ ਜਿਹੜਾ ਆਪਾਂ ਮਨਾਉਣ 'ਤੇ ਜ਼ੋਰ ਦੇ ਰਹੇ ਹਾਂ, ਉਹਦੇ ਨਾਲ ਕੀ ਹੋ ਰਿਹਾ ਕਿ ਮਨਾਈ 'ਤੇ ਜਾ ਰਹੇ ਹਾਂ, ਗੁਰਦੁਆਰੇ ਜਾਂਦੇ ਹਾਂ, ਸੁਣਦੇ ਹਾਂ, ਲੇਕਿਨ ਉੱਥੇ ਛੱਡ ਕੇ ਆ ਜਾਂਦੇ ਹਾਂ, ਜੀਵਨ 'ਚ ਨਹੀਂ ਆ ਰਿਹਾ। ਹੁਣ ਉਹਨਾਂ ਗੁਰਮੁਖਾਂ ਦਾ ਕਿੱਦਾਂ ਜੀਵਨ ਬਣਿਆ, ਉਹਨਾਂ ਦੇ ਗੁਰਮੁਖਾਂ ਦੇ ਅੰਦਰ ਕਿੱਦਾਂ ਚਾਅ ਸੀ ਕਿ ਆਪਾਂ ਜੰਗ ਵਿੱਚ ਜਾਈਏ, ਆਪਾਂ ਧਰਮ ਦੀ ਖਾਤਰ ਲੜੀਏ, ਉਹ ਜਜ਼ਬਾ ਕਿੱਦਾਂ ਆਪਾਂ ਰੋਜ਼ ਈਵਨ ਕਿ ਅਰਦਾਸ ਦੇ ਵਿੱਚ ਵੀ ਪੜ੍ਹਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਇਸਤਰੀ ਦਿੱਤੇ, ਬੰਦ ਬੰਦ ਕਟਵਾਏ, ਖੋਪੜੀਆਂ ਲਵਾਈਆਂ, ਚਰਖੜੀਆਂ 'ਤੇ ਚੜ੍ਹੇ, ਤਾਂ ਨਾਰਿਆਂ ਨਾਲ ਚੜਾਏ ਗਏ, ਸੀ ਨਹੀਂ ਉੱਚੜੀ, ਉਹਨਾਂ ਨੇ ਕਿਹੜੀ ਕਮਾਈ ਕੀਤੀ? ਗੁਰਮੁਖ ਪਿਆਰਿਓ, ਉਹਨਾਂ ਨੇ ਕਮਾਈ ਕੀਤੀ ਇਸ ਸ਼ਬਦ ਦੀ, ਉਹਨਾਂ ਨੇ ਇਸ ਜੋ ਸ਼ਬਦ ਹੈ, ਜਿਸ ਨੂੰ ਨਾਮ ਕਿਹਾ ਹੈ, ਜਿਸ ਨੂੰ ਤੂਰ ਕਿਹਾ ਹੈ, ਜਿਸ ਨੂੰ ਨਾਦ ਕਿਹਾ, ਇਹ ਮਾਲਕ ਦੀ ਆਵਾਜ਼ ਹੈ ਜੋ ਸਤਿਗੁਰੂ ਕਹਿੰਦੇ ਸਾਰਿਆਂ ਦੇ ਅੰਦਰ ਹੈ, ਹਰ ਇੱਕ 84 ਲੱਖ ਜੂਨ ਦੇ ਅੰਦਰ ਹੈ, ਜੋ ਸਤਿਗੁਰੂ ਦੀ ਗੁਰਬਾਣੀ ਆਪਾਂ ਨੂੰ ਰੋਜ਼ ਗਿਆਨ ਦੇ ਰਹੀ, ਪੰਜਵੇਂ ਪਾਤਸ਼ਾਹ ਨੌਨਿੰਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ, ਸਤਿਗੁਰੂ ਨੇ ਆਪਾਂ ਨੂੰ ਸਮਝਾਇਆ ਕਿ ਇਹ ਨਾਮ ਕਿਧਰੇ ਹੋਰ ਨਹੀਂ, ਇਹ ਸ਼ਬਦ ਕਿਧਰੇ ਹੋਰ ਨਹੀਂ, ਇਹ ਸ਼ਬਦ ਤੁਹਾਡੇ ਅੰਦਰ 10ਵੇਂ ਦਰ ਦੇ ਵਿੱਚ, ਜਿਵੇਂ ਆਪਾਂ ਇਹ ਮਨੁੱਖਾ ਤੁਸੀਂ ਦੇਖ ਰਹੇ ਹੋ, ਇਹ ਸਾਡਾ ਹੈ, ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇਹ 9 ਦਰਵਾਜ਼ੇ ਨੇ ਥੱਲੇ, ਅਤੇ ਉੱਪਰ ਇਹ 10ਵਾਂ ਦਰ, ਇਹ 10ਵੇਂ ਦਰ ਨੂੰ ਗੁਰਬਾਣੀ 'ਚ ਨਿੱਜ ਕਰਕੇ ਆ, ਜਿਸ ਨਿੱਜ ਘਰ ਦੇ ਵਿੱਚ ਉਹ ਚਾਰੇ ਸਾਹਿਬਜ਼ਾਦੇ ਆਉਣਾ ਜਾਣਾ ਉਹਨਾਂ ਨੇ ਬਣਾਇਆ ਹੋਇਆ ਸੀ, ਉਹ ਇਹ ਤਰਲੋਕੀ ਤੋਂ ਜਨਮ ਮਰਨ ਤੋਂ ਉੱਪਰ ਸਨ, ਉਹਨਾਂ ਦਾ ਮਨ ਜਾਗ ਚੁੱਕਿਆ ਸੀ, ਜਿੱਥੇ ਸਤਿਗੁਰੂ ਕਹਿ ਰਹੇ ਨੇ ਤੇਹੀ ਗੁਣੀ ਸੰਸਾਰ ਭ੍ਰਮ ਸੁੱਤਾ, ਸਾਰਾ ਸੰਸਾਰ ਤਰਲੋਕੀ 'ਚ ਸੁੱਤਾ ਸੀ, ਅਤੇ ਤਰਲੋਕੀ 'ਚ ਸੁੱਤਾ ਹੋਇਆ ਜਿਹੜਾ ਜੀ ਹੈ ਉਹ ਪ੍ਰਭੂ ਦੀ ਗੱਲ ਨੂੰ ਨਹੀਂ ਸਮਝ ਸਕਦਾ। ਦੇਖੋ ਸੰਸਾਰ ਦਾ ਐਗਜ਼ਾਮਪਲ ਆਪਾਂ ਲੈ ਲਈਏ, ਇੱਕ ਸੁੱਤੇ ਜੀ ਨੂੰ ਆਪਾਂ ਕੋਈ ਗੱਲ ਦੱਸੀ ਉਹਨੂੰ ਸਮਝ ਨਹੀਂ ਆਊਗੀ, ਕਿਉਂ ਨਹੀਂ ਆਊਗੀ? ਉਹ ਸੁੱਤਾ ਹੈ। ਇਸੇ ਕਰਕੇ ਸਤਿਗੁਰ ਦੀ ਗੁਰਬਾਣੀ ਆਪਾਂ ਨੂੰ ਸਮਝਾਉਂਦੇ, ਜਿਹੜੇ ਗੁਰਮੁਖ ਸਨ ਉਹ ਡਿਊਟੀ ਲੈ ਕੇ ਆਉਂਦੇ ਨੇ, ਉਹ ਗੁਰੂ ਪਿਤਾ ਦੇ ਬੱਚੇ ਸਨ, ਉਹਨਾਂ ਦਾ ਸੰਯੋਗ ਹੋਇਆ, ਉਹਨਾਂ ਨੂੰ ਸ਼ੁਰੂ ਤੋਂ ਹੀ ਉਹੀ ਵਿੱਦਿਆ, ਗੁਰੂ ਵਿੱਦਿਆ, ਗੁਰਦੇਵ ਮਾਤਾ, ਗੁਰਦੇਵ ਪਿਤਾ, ਉਹੀ ਗਿਆਨ ਧਿਆਨ ਉਹਨਾਂ ਨੂੰ ਬਖਸ਼ਿਸ਼ ਹੋਇਆ ਗੁਰੂ ਪਾਤਸ਼ਾਹ ਵੱਲੋਂ, ਉਹਨਾਂ ਨੂੰ ਕਮਾਇਆ, ਕਮਾ ਕੇ ਉਹਨਾਂ ਦੇ ਜਿਹੜਾ ਜਨਮ ਮਰਨ ਤੋਂ ਉਹ ਉੱਪਰ ਹੋ ਚੁੱਕੇ ਸਨ, ਉਹ ਸ਼ਬਦ 'ਚ ਸਮਾ ਕੇ ਸੱਚ ਨੂੰ ਮਿਲ ਚੁੱਕੇ ਸਨ, ਉਹ ਰੋਜ਼ ਘਰ ਜਾਂਦੇ ਸੀ, ਉਹਨਾਂ ਨੂੰ ਪਤਾ ਸੀ ਮਰਨ ਤੋਂ ਬਾਅਦ ਅਸੀਂ ਕਿੱਥੇ ਜਾਣਾ, ਉਹ ਖੇਲ ਨੂੰ ਉਹ ਸਮਝ ਚੁੱਕੇ ਸੀ। ਇਸੇ ਕਰਕੇ ਗੁਰਮੁਖ ਪਿਆਰਿਓ, ਅੱਜ ਆਪਾਂ ਵੀ ਉਸੇ ਗਿਆਨ ਨੂੰ ਸਮਝਣ ਦਾ ਕੋਸ਼ਿਸ਼ ਕਰਨੀ ਥੋੜ੍ਹੇ ਸਮੇਂ ਲਈ, ਕਿਉਂਕਿ ਜੋ ਸਤਿਗੁਰ ਸਮਝਾ ਰਹੇ ਕਿ ਆਪਾਂ ਇਹ ਜੋ ਇੱਕ ਓਂਕਾਰ ਹੈ ਇਹ ਇੱਕ ਹੈ, ਓਂਕਾਰ ਜਿਹੜਾ ਆਪਾਂ ਪੜ੍ਹਦੇ ਹਾਂ ਇਸ ਨੂੰ ਗੁਰਬਾਣੀ 'ਚ ਤ੍ਰੈਗੁਣ ਕਿਹਾ ਹੈ, ਤਰਲੋਕੀ, ਤਾਂ ਤਰਲੋਕੀ ਦੇ ਵਿੱਚ ਆਪਾਂ ਨੂੰ ਪਾਇਆ, ਤੁਹਾਨੂੰ ਇੱਥੋਂ ਆਪਾਂ ਇੱਕ ਦੇ ਵਿੱਚ ਮਿਲਣਾ ਜਾ ਕੇ, ਇਸ ਨੂੰ ਕਹਿਤਾ ਹੈ ਗੁਰਬਾਣੀ 'ਚ ਨਿਰਗੁਣ, ਇਸ ਨੂੰ ਸਰਗੁਣ ਕਹਿਤਾ। ਹੁਣ ਆਪਾਂ ਸਾਰੇ ਸਰਗੁਣ ਦੇ ਵਿੱਚ ਆ ਚੁੱਕੇ ਹਾਂ, ਹੁਣ ਸਰਗੁਣ ਤਾਂ ਰੀਸਾਈਕਲ ਹੋਣਾ ਨਿਰਗੁਣ ਦੇ ਵਿੱਚ, ਆਇਆ ਕੌਣ ਹੈ? ਉਸ ਨੂੰ ਗੁਰਬਾਣੀ 'ਚ ਕਿਹਾ ਮਨ। ਇਹ ਸਾਰੀ ਕਹਾਣੀ ਇਹ ਮਨ ਦੀ ਹੈ ਗੁਰਮੁਖ ਪਿਆਰਿਓ, ਮਨ ਜਿਹੜਾ ਹੈਗਾ ਉਸ ਨੂੰ ਇਹ ਦੇਹੀ ਦਿੱਤੀ ਹੋਈ ਹੈ ਪਰਮਾਤਮਾ ਨੇ, ਇਹ ਦੇਹੀ ਉੱਨੀ ਦੇਰ ਜਿਨ ਚਿਰ ਇਹ ਮਨ ਕੋ ਸਵਾਸਾਂ ਦਾ ਤਨ ਹੈ, ਉੱਨੀ ਦੇਰ ਆਪਾਂ ਸਰੀਰ ਦੇ ਵਿੱਚ ਰਹਿ ਸਕਦੇ ਹਾਂ, ਉੱਨੀ ਦੇਰ ਆਪਾਂ ਇਸ ਸੰਸਾਰ 'ਚ ਵਿਚਰ ਸਕਦੇ ਹਾਂ, ਪਰਿਵਾਰ 'ਚ ਵਿਚਰ ਸਕਦੇ ਹਾਂ, ਕਰਮ ਕਰਦੇ ਹਾਂ। ਜਦੋਂ ਉਹ ਤਨ ਖਤਮ ਹੋ ਗਿਆ ਆਪਾਂ ਨੂੰ ਇਹ ਦੇਹ ਖਾਲੀ ਕਰਕੇ ਵਾਪਸ ਜਾਣਾ ਪੈਂਦਾ, ਉਹ ਆਪਾਂ ਆਏ ਕਿੱਥੋਂ, ਆਏ ਕੀ ਕਰਨ, ਅਤੇ ਇੱਥੋਂ ਵਾਪਸ ਕਿੱਦੇ ਜਾਣਾ, ਉਹਦਾ ਗਿਆਨ ਸਤਿਗੁਰ ਦੀ ਗੁਰਬਾਣੀ ਆਪਾਂ ਨੂੰ ਸ਼ਬਦਾਂ 'ਚ ਦੇ ਰਹੀ, ਉਹਦੀ ਆਪਾਂ ਅੱਜ ਵਿਚਾਰ ਕਰਨੀ। ਗੁਰਮੁਖ ਪਿਆਰਿਓ, ਸਤਿਗੁਰ ਸਮਝਾਉਂਦੇ ਨੇ ਕਿ ਜੋ ਆਪਾਂ ਦੇਖ ਰਹੇ ਹਾਂ ਇਹ ਬੋਰਡ 'ਤੇ ਇੱਕ, ਇਹ ਸੱਚ ਹੈ। ਸਤਿਗੁਰ ਕਹਿੰਦੇ ਜਦੋਂ ਸੱਚ ਪਿਤਾ ਨੇ ਖੇਲ ਰਚਨ ਸ਼ੁਰੂ ਕੀਤਾ, ਜੋ ਆਪਾਂ ਗੁਰਬਾਣੀ 'ਚ ਪੜ੍ਹਦੇ ਨੇ, ਅਤੇ ਮੇਰੇ ਪ੍ਰਭ ਸੱਚ ਇੱਕ ਖੇਲ ਰਚਾਇਆ ਕੋਈ ਨਾ ਕਿਸੇ ਜਿਹਾ ਪਾਇਆ, ਇਹ ਖੇਲ ਹੈ ਸ਼ਿਵ ਅਤੇ ਸ਼ਕਤੀ ਦਾ, ਸਰਗੁਣ ਅਤੇ ਨਿਰਗੁਣ ਦਾ। ਜਦੋਂ ਇੱਕ ਪਿਤਾ ਨੂੰ ਇਹ ਪਾਇਆ ਕਿ ਮੈਂ ਇੱਕ ਤੋਂ ਅਨੇਕ ਰੂਪ ਵਿੱਚ ਆ ਪਾਉਣਾ ਚਾਹੁੰਦਾ, ਨਿਰਗੁਣ 'ਚ ਸਰਗੁਣ 'ਚ ਆ ਪਾਉਣਾ ਚਾਹੁੰਦਾ, ਇਹ ਖੇਲ ਖੇਲਣਾ ਚਾਹੁੰਦਾ, ਤਾਂ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ 'ਚ ਸਮਝਾਉਂਦੇ ਨੇ, ਜਾਂ ਤਾਂ ਸੁਭਾਣਾ ਤਾਂ ਜਗਤੋਂ ਪਾਇਆ, ਜਦੋਂ ਉਹਨੂੰ ਪਾਇਆ ਤਾਂ ਜਗਤ ਹੋਣ ਦੇ ਵਿੱਚ ਲੈ ਆਉਂਦਾ, ਉਹ ਕਿੱਦਾਂ ਆਇਆ? ਫਿਰ ਗੁਰੂ ਨਾਨਕ ਪਾਤਸ਼ਾਹ ਨੇ ਬਰੀਕੀ ਨਾਲ ਸਾਰੀਆਂ ਗੱਲਾਂ ਦਾ ਜਵਾਬ 1430 ਅੰਗਾਂ ਦੇ ਵਿੱਚ ਗੁਰਬਾਣੀ ਗੁਰੂ ਦੁਆਰਾ ਭਗਤਾਂ ਨੇ ਪ੍ਰੈਕਟੀਕਲ ਕਰਕੇ ਆਪਾਂ ਨੂੰ ਲਿਖਤੀ ਰੂਪ 'ਚ ਦਿੱਤੇ ਹੋਏ ਆ। ਉਹ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਫਿਰ ਆਪਾਂ ਨੂੰ ਸਮਝ ਆਉਂਦੀ ਹੈ। ਸਤਿਗੁਰ ਨੇ ਆਪਾਂ ਨੂੰ ਸਮਝਾਇਆ ਕਿ ਇਹ ਇੱਕ ਪਿਤਾ ਨੂੰ ਗੁਰਬਾਣੀ 'ਚ ਸੱਚ ਕਿਹਾ, ਜਿਸ ਨੂੰ ਆਪਾਂ ਜਪੁਜੀ ਸਾਹਿਬ 'ਚ ਰੋਜ਼ ਪੜ੍ਹਦੇ ਹਾਂ, ਆਦਿ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋ ਸੀ ਪੀ ਸੱਚ। ਸੱਚ ਸਾਡਾ ਸਾਰਿਆਂ ਦਾ ਪਿਤਾ ਹੈ, ਉਹ ਪ੍ਰਕਾਸ਼ ਰੂਪ ਹੈ,
जिस तरह पिता प्रकाश रूप है तो गुरबाणी सानू समझा रही तुसी भी प्रकाश रूप हो। अपना मन ये प्रकाश रूप है, असी कौन मन। गुरबाणी सतन नहीं समझा रही, ये कपड़ा है। हाँ जी, जिसनों आप पढ़ते हैं जप जी सच कर्मी आवे कपड़ा, साढ़े बहुत चंगे कर्म से जो अपने मनुखा का कपड़ा मिल गया। ये मनुखा कपड़े दे विच आपां समझाता भई प्राप्त मानक देवरिया गोबिंद मिलन की ये तरी वरिया कि वारी मिली है तेन गोबिंद नूं मिलन दी। एक कपड़े दे विचों एक कपड़ा आपां नूं संजोग दिता है, जिन्हों कहते दे संजोगी कर्म अभ्यासा, ये रह के कर्म करना किन्ने मन ने। इस कपड़े दे विच ये मन नूं ज्ञान इंद्रिया ते कर्म इंद्रिया दित्तियां, इहदे हैल्पर जिहड़ियां ज्ञान सानू सेंस मिलता तो कर्म इंद्रिया द्वारा जिवें शरीरिक आपां कर्म करते हैं। ये आपां नूं समझाया बहुत तरीके द्वारा, क्योंकि गुरबाणी च सानू जीवन जाच समझाई। जुड़ मार कहिंदे ने गुरबाणी च आपां नूं समझा जी ते आपां हुण भी रहे हां, पर कि साढ़े जीवन दे विच नखार नहीं आ रहा, जीवन च दुख पासे नहीं जा रहा, पदार्थां दे नाल इच्छावां दे नाल ये मन की संतुष्टि नहीं होनी। मन की संतुष्टि उदों होवेगी जदों इनू नाम धन प्राप्त होगा, इनू अमृत रस प्राप्त होगा, ये जदों हरी दे गुण गावेगा। जिन कहिंदे ना सुख ना ही बहुता धन खाटे, सुख ना ही पेखे बहुत नितनाटे, सुख ना ही बहुत देश कमाए, सर्व सुखा हर हर गुण गाए। गुरबाणी समझा रही सारे सुख कितने आ, हरी दे गुण गाण। हुण सतगुरु समझा रहे गुरबाणी दे विच ये जो सच पिता जो आप पढ़ते हैं सतगुरु की बाणी कि खेल कितों प्रगट हो, सतगुरु समझा रहे गुरबाणी च कहिंदे मेरे प्रभ सच एक खेल रचाया, ये सच पिता बोले। ये प्रकाश है जो आप देखते हैं ना जी, सारा ये प्रकाश है। प्रकाश के बिचों एक आवाज़ प्रगट हुई, एक धुन प्रगट हुई, एक शब्द बोले जिसनों सतगुरु कह रहे हैं तेरा मुख सहावा जियो सहज धुन बाणी, जिसनों आप रोज़ जपजी साहिब पढ़ते हैं गुरबाणी समझा रहे। जो ये प्रकाश में आवाज़ प्रगट हुई उसनों कहते कीता पसाओ एको कुआओ, कुआओ होंदा बोल, जो बोले उन्होंने मुख में शब्द प्रगट होया, प्रकाश में एक धुन प्रगट हुई, शब्द प्रगट होया। जो शब्द प्रगट होया, शब्द प्रगट होने के नाल ये पौन प्रगट हुई। इसनों गुरबाणी फिर समझाया ये शब्द गुरु का खेल, इनू कहता निर्गुण, ये पौन गुरु का खेल, इनू गुरबाणी समझाता सरगुण। सतगुरु समझाते हैं गुरबाणी के जो पौन प्रगट हुई, इनू सतगुरु गुरबाणी समझाते पौन के नाल पानी, पानी के नाल अगन। हुण जिहड़े ये पौन है, ये पानी है, ये अगन है, ये सतगुरु समझाते साढ़े अंदर है। तुसीं देखो पौन लेंदे हो, पौन कि सुह सुस आप कहने गुरबाणी जिन्हों उन्हों सह कह दें आप, पौन के नमी भी होंगी है, ये पौन च अगन भी होंगी। जो तुम देखते हो शीशे के कोल जाके तुहानू देख दो नमी भी दिखती है, तुहानू गर्म हवा भी आती है। ये जिहड़ियां तीन चीज़ां साढ़े अंदर है गुरबाणी समझाते हैं। हुण सतगुरु समझा रहे गुरबाणी च इन्हां तिन्हां चीज़ां दे गुण दसे गए आ। आह देखो जो आप इत्थे लिखा है, ये जिहड़ा पौन का गुण है, पौन का गुण ये गुरबाणी दे विच आपां समझाया, पौन का जिहड़ा गुण है इसनूं गुरबाणी च रजो गुण कहा। जो ये पानी का गुण है ये सतगुरु समझा रहे इसनूं सतो गुण कहा, निर्मल हुंदा। ये जो तमो गुण है ये सतगुरु समझाते अगन का गुण है, इसनों गुरबाणी तमो गुण कहा। यह सारा खेल सतगुरु की गुरबाणी के समझाया होया है कि ये जड़े सतगुण रजगुण तम गुण इन्हों गुरबाणी माया का नाँ देता। हूँ देखो तुम कहो कि माया जड़ी है ये की है, ये तो सतगुरु ने समझाया कि जी ये माया ना सतगुण रजगुण तम गुण ये कहीए सब तेरी माया, गुरबाणी अपन समझा रही है। ठीक है गुरमुख प्यारे, हूँ सतगुरु समझा रहे कि जिहड़ी आ सतगुण रजगुण तम गुण माया, ये माया सानू ये संसार दे नाल जोड़दी, आकारां दे नाल जोड़दी। आकार कदी भी नहीं कहिंदा कि मैं ओहदा वां, मैं ओहदा वां। आपां बोलदे आ ये मेरा पुत है, ये मेरी धी है, आ मेरा घर है, वह कौन बोलदा इहनूं कहिंदे आ माया बोलदी तुहाडे अंदर। हाँ जी, आ पहचान बोलदी, जिहड़ी पहचान आकारां दे वसा के तुसीं मैं मेरी दे विच इहनूं लै आंदा जी। ये सतगुरु समझाते आपां नूं वरतण नूं मिलिया। हाँ जी, ये जिहड़ा शरीर आपां नूं मिलिया गुरबाणी जी समझांदे ने, ये आपां नूं साह दित्ते ने, एक मौका दिता कि यह गोल धारा जो आपां देखदे आ इहनूं गुरबाणी च संसार कहा। बिल्कुल, ते उही गल हैगी कि जिहड़े साडे शहीद सीगे जिन्हां दे विच जज्बा सीगा उह इस गोले दे विच कित्थे तक पहुँचे सीगे और उन्होंने की नहीं धारिया सीगा, उह वी असीं जानण दी कोशिश करांगे। फिलहाल इत्थे मैनूं समां जिहड़ा इजाजत दे रहा एक ब्रेक लई, जद ब्रेक तो बाद वापस आवांगे करांगे इस उत्ते विचार और असी चाना पावांगे भाई कमलजीत सिंह जी होरां तों इस ब्रेक तो उस पार। ब्रेक तो बाद स्वागत है भाई कमलजीत सिंह जी साढ़े नाल जुड़े हुए हैं। मैनू एक गल
ਜਦ ਇਹ ਸਮਝਾ ਰਹੇ ਸੀਗੇ ਸਾਨੂੰ ਤਾਂ ਮੈਨੂੰ ਚੇਤੇ ਆ ਗਈ। ਭਾਈ ਸਾਹਿਬ ਨੇ ਕਿਹਾ ਕਿ ਮੇਰਾ ਪਰਸਨਲ ਨਿੱਜੀ ਸਵਾਲ ਹੈ ਭਾਈ ਸਾਹਿਬ, ਹੈ ਨਾ, ਅਤੇ ਤੁਸੀਂ ਕਹਿ ਰਹੇ ਸੀਗੇ ਕਿ ਅਸੀਂ ਸੁੱਤੇ ਪਏ ਹਾਂ, ਗੁਰਬਾਣੀ ਦੇ ਆਧਾਰ 'ਤੇ ਤੁਸੀਂ ਕਹਿ ਰਹੇ ਹੋ, ਔਰ ਮੈਂ ਇਸ ਪ੍ਰੋਗਰਾਮ ਨੂੰ ਹੋਸਟ ਕਰ ਰਿਹਾ, ਤੁਸੀਂ ਮੇਰੇ ਨਾਲ ਬੈਠੇ ਹੋ, ਮੇਰੇ ਦਰਸ਼ਕ ਇਸ ਪ੍ਰੋਗਰਾਮ ਨੂੰ ਵੇਖ ਰਹੇ ਨੇ, ਔਰ ਤੁਸੀਂ ਕਹਿ ਰਹੇ ਹੋ ਅਸੀਂ ਸੁੱਤੇ ਪਏ ਹਾਂ, ਹਾਂਜੀ, ਅਸੀਂ ਸੋ ਕਿਵੇਂ ਰਹੇ ਹਾਂ? ਇੱਦਾਂ ਹੈ ਕਿ ਸਤਿਗੁਰੂ ਸਮਝਾ ਰਹੇ ਨੇ, ਇੱਕ ਹੁੰਦਾ ਜਾਗਣਾ ਤਨ ਦੁਆਰਾ, ਇੱਕ ਹੁੰਦਾ ਸੋਣਾ ਮਨ ਦੁਆਰਾ, ਇੱਕ ਹੁੰਦਾ ਸੋਣਾ ਮਨ ਤਨ ਦੁਆਰਾ, ਇੱਕ ਹੁੰਦਾ ਜਾਗਣਾ ਮਨ ਦੁਆਰਾ। ਹੁਣ ਜਿਵੇਂ ਤਨ ਦੁਆਰਾ ਆਪਾਂ ਜਾਗੇ, ਹਾਂਜੀ, ਅਤੇ ਆਪਾਂ ਨੂੰ ਪਹਿਚਾਣ ਆਉਂਦੀ ਸੰਸਾਰ ਦੀ, ਮੈਂ ਕੌਣ ਹਾਂ, ਮੈਂ ਕਿੱਥੇ ਆਇਆ, ਮੇਰਾ ਘਰ ਬਾਰ ਕੌਣ ਹੈ, ਮੇਰੀ ਫੈਮਿਲੀ ਮੈਂਬਰ ਕੌਣ ਹੈ। ਜਦੋਂ ਤੁਸੀਂ ਰਾਤ ਨੂੰ ਸੌ ਜਾਂਦੇ ਹੋ, ਤੁਹਾਨੂੰ ਇਹ ਪਹਿਚਾਣ ਖਤਮ ਹੋ ਜਾਂਦੀ, ਤੁਸੀਂ ਕਿੱਥੇ ਗਏ, ਕਿ ਕੌਣ ਸੀ ਤੁਹਾਡਾ, ਸਾਰੀ ਪਹਿਚਾਣ। ਹੁਣ ਸਤਿਗੁਰੂ ਸਮਝਾਉਂਦੇ ਨੇ ਗੁਰਬਾਣੀ ਦੇ ਵਿੱਚ, ਜਿਹੜੇ ਮਨ ਰੂਪੀ ਸੁੱਤੇ ਨੇ ਜੀ, ਮਨ ਜਿਹੜੇ ਆ, ਗੁਰਬਾਣੀ ਇਸ ਮਨ ਦੀ ਗੱਲ ਕਰ ਰਹੀ, ਉਹਨੂੰ ਕਹਿੰਦੇ ਇਹ ਵਿਚਾਰਾਂ ਫੁਰਨਿਆਂ ਦੇ ਵਿੱਚ, ਸੋਚਾਂ ਦੇ ਵਿੱਚ, ਸੰਕਲਪਾਂ ਦੇ ਵਿੱਚ, ਇਹਨਾਂ ਦਾ ਧਿਆਨ ਸੁੱਤਾ, ਇਹ ਜਾਗਦੇ ਪਏ ਨੇ, ਦੇਖੀ ਜਾ ਰਹੇ ਨੇ, ਪਰ ਦੇਖੇ ਕੀ ਦੇਖਦੇ ਪਏ ਨੇ, ਸੰਸਾਰ ਨੂੰ, ਮਾਇਆ ਨੂੰ, ਠੀਕ ਹੈ, ਗੱਲ ਕਿਹਦੀ ਸੁਣਦੇ ਪਏ ਨੇ, ਵਾਹਿਗੁਰੂ ਜੀ ਦੀ ਗੱਲ ਨਹੀਂ ਸੁਣਦੇ ਪਏ, ਇਹ ਵਾਹਿਗੁਰੂ ਜੀ ਨੂੰ ਨਹੀਂ ਦੇਖਦੇ ਪਏ, ਇਹ ਨਹੀਂ ਕਹਿ ਰਹੇ ਕਿ ਇਹ ਸਾਰੇ ਰੱਬ ਨੇ, ਇਹਨੂੰ ਨਹੀਂ ਨਜ਼ਰ ਆ ਰਹੇ। ਹੁਣ ਸਤਿਗੁਰੂ ਕਹਿੰਦੇ ਨੇ ਇਹ ਜਿਹੜਾ ਸਾਰਾ ਸੰਸਾਰ, ਇਹ ਤਿੰਨਾਂ ਗੁਣਾਂ ਦੇ ਵਿੱਚ ਸੁੱਤਾ। ਇਹਨਾਂ ਦੇ ਵਿੱਚ ਕੀ ਹੈਗਾ? ਹਾਂ, ਇਹਨਾਂ ਦੇ ਵਿੱਚ ਵਾਹਿਗੁਰੂ ਜੀ ਆਪਣੀ ਪਹਿਚਾਣ ਸਤਿਗੁਰ ਨੇ ਸਮਝਾਈ ਕਿ ਤੁਸੀਂ ਕਿਹੜੇ ਹੱਟ 'ਤੇ ਹੋ, ਇਹ ਕਿਹੜੇ, ਇਹਨੂੰ ਗੁਰਬਾਣੀ 'ਚ ਕਿਹਾ ਪਤਾਲ ਲੋਕ, ਠੀਕ ਹੈ ਜੀ, ਇਸ ਨੂੰ ਕਿਹਾ ਭੂਮ ਲੋਕ, ਠੀਕ ਹੈ ਜੀ, ਇਸ ਨੂੰ ਕਿਹਾ ਆਕਾਸ਼ ਲੋਕ, ਠੀਕ ਹੈ ਜੀ। ਹੁਣ ਤੁਸੀਂ ਦੇਖੋ ਤ੍ਰਿਲੋਕੀ ਦੇ ਕਿਸੇ ਕੋਨੇ 'ਤੇ ਹੋ, ਅਤੇ ਕਹਿੰਦੇ ਜੇ ਤੁਸੀਂ ਆਪਣੇ ਮਨ ਦੀ ਪਹਿਚਾਣ ਕਰਨੀ, ਗੁਰਬਾਣੀ ਕਹਿੰਦੇ ਕਿ ਤੁਸੀਂ ਜੇ ਸਤੋ ਗੁਣ 'ਤੇ, ਤਾਂ ਤੁਹਾਡੇ ਅੰਦਰ ਖਿਆਲ, ਦਿਆ, ਨਿਮਰਤੀ, ਨਿਮਰਤਾ, ਸਹਿਣਸ਼ੀਲਤਾ, ਜਤ, ਸਤ ਸੰਤੋਖ, ਪੁੰਨ ਦਾਨ, ਜਿੰਨੇ ਵੀ ਤੁਸੀਂ ਚੰਗੇ ਕਰਮ, ਚੰਗੀਆਂ ਸੋਚਾਂ, ਜਿਵੇਂ ਤੁਹਾਡੇ ਆਪਣੇ ਆ ਜਾਂਦੀ ਹੈ, ਕਿਸੇ ਨੂੰ ਆਪਾਂ ਸਿਮਰਨ ਕਰਨ ਲੱਗ ਜਾਈਏ, ਆਪਾਂ ਬਾਣੀ ਪੜ੍ਹਨ ਲੱਗ ਜਾਈਏ, ਆਪਾਂ ਸੇਵਾ ਕਰਨ ਲੱਗ ਜਾਈਏ, ਜਾਂ ਆਪਾਂ ਨੂੰ ਕੋਈ ਮਾੜਾ ਸ਼ਬਦ ਬੋਲ ਜਾਂਦਾ, ਆਪਾਂ ਕਹਿੰਦੇ ਹਾਂ ਚਲੋ ਕੋਈ ਨਹੀਂ, ਇਹ ਮਾਲਕ ਦਾ ਭੁਲਾਇਆ ਹੋਇਆ, ਆਪਾਂ ਨੂੰ ਸਹਿਣਸ਼ੀਲਤਾ 'ਚ ਚਲੇ ਜਾਂਦੇ ਹਾਂ। ਜੇ ਆਪਾਂ ਨੂੰ ਲੋਭ ਤੰਗ ਕਰੇ ਕਿਸ ਪੁਆਇੰਟ 'ਤੇ, ਆਪਾਂ ਕਹਿੰਦੇ ਨਹੀਂ, ਸੰਤੋਖੀ ਬਣ ਜਾਂਦੇ ਹਾਂ, ਸੰਤੋਖ ਜਿੰਨਾ ਰੱਬ ਮਿਲ ਦਿੰਦਾ ਮੈਂ ਠੀਕ ਹਾਂ, ਇਹਨੂੰ ਕਹਿੰਦੇ ਸੋਚਾਂ ਹੁੰਦੀਆਂ, ਇਹ ਸਾਡੀਆਂ ਸੋਚਾਂ, ਥੋਟਸ ਹੈ। ਜਦੋਂ ਆਪਣੇ ਇਹ ਥੋਟਸ ਨੇ, ਜਿਵੇਂ ਜਿੰਨੇ ਇਹ ਥੋਟਸ ਚੱਲੀ ਜਾ ਰਹੇ ਨੇ, ਉਦੋਂ ਸਮਝ ਲਓ ਕਿ ਤੁਸੀਂ ਤ੍ਰਿਲੋਕੀ ਦੇ ਸਤੋ ਗੁਣ 'ਤੇ ਹੋ, ਸਤ ਗੁਣ, ਇਹਨੂੰ ਕਹਿੰਦੇ ਆਕਾਸ਼ ਲੋਕ, ਆਕਾਸ਼ ਲੋਕ। ਫਿਰ ਜਿਹੜੀ ਸਾਡੀ ਸੋਚ ਇੱਥੇ ਬਦਲ ਜਾਂਦੀ, ਇਹ ਕਿਹੜਾ ਜੀ? ਇਹ ਜੀ ਰਜੋ ਗੁਣ, ਗੁਰਬਾਣੀ 'ਚ ਇਹਨੂੰ ਰਜੋ ਗੁਣ ਦਾ ਨਾਂ ਦਿੱਤਾ, ਠੀਕ, ਜਿੱਥੇ ਰਜੋ ਗੁਣ ਦਾ ਮਤਲਬ ਜਿੱਥੇ ਤੁਸੀਂ ਆਪਣਾ ਕਟੰਬ ਨੂੰ ਪਾਲਣਾ, ਠੀਕ ਹੈ। ਹੁਣ ਪਾਲਣ ਵਾਸਤੇ ਆਪਾਂ ਨੂੰ ਕਿਹਾ ਸੀ ਆਰਥਿਕ ਚਾਰਾ, ਇਸ ਨੂੰ ਕਹਿੰਦੇ, ਇਹਨੂੰ ਤੁਹਾਨੂੰ ਥੋੜ੍ਹਾ ਜਿਹਾ ਹੋਰ ਖੋਲ੍ਹ ਕੇ ਦੱਸ ਦਿੰਦੇ ਹਾਂ, ਇਸ ਨੂੰ ਗੁਰਬਾਣੀ ਵਿੱਚ ਇਸ ਸ਼ਬਦ ਨੂੰ ਗੁਰਬਾਣੀ 'ਚ ਕਿਹਾ ਮੁਕਤੀ ਦਾ ਦੁਆਰ, ਹਾਂਜੀ, ਮੋਖ ਦਾ ਦਾਤਾ, ਇਹਨੂੰ ਕਹਿੰਦੇ ਧਰਮ, ਅਰਥ, ਕਾਮ, ਮੋਖ ਕਾ ਦਾਤਾ, ਜਿਹਨੂੰ ਕਹਿੰਦੇ ਚਾਰ ਪਦਾਰਥ ਲੈ ਜਾ ਗਾਇਆ, ਚੌਥਾ ਆਵੇ ਤਿੰਨ ਆਨੇ, ਮਹਾਰਾਜ ਕਹਿੰਦੇ ਚਾਰ ਪਦਾਰਥ ਲੈ ਜਾ ਗਾਇਆ, ਸ਼ਿਵ ਇਸ ਸ਼ਬਦ ਨੂੰ ਕਹਿਤਾ, ਸ਼ਕਤੀ ਇਸ ਮਾਇਆ ਨੂੰ ਕਹਿਤਾ, ਕਹਿੰਦੇ ਸ਼ਿਵ ਸ਼ਕਤੀ ਘਰ ਵਾਸਾ ਪਾਇਆ, ਏਕ ਵਸਾਰੇ, ਆਹ ਨਾਮ ਨੂੰ ਭੁੱਲ ਗਏ, ਸ਼ਬਦ ਨੂੰ ਭੁੱਲ ਗਏ, ਤਾਂ ਕਹਿੰਦੇ ਜਨਮ ਮਰਨ ਦੀ ਬਾਜ਼ੀ ਦੇ ਵਿੱਚ ਆਪਾਂ ਚੱਲ ਰਹੇ ਹਾਂ, ਠੀਕ ਹੈ। ਹੁਣ ਜਿਹੜਾ ਇੱਥੇ ਆ ਜਾਂਦਾ ਰਜੋ ਗੁਣ ਅਤੇ ਗੁਰਮੁਖ ਪਿਆਰਿਓ, ਉਹਦੇ ਅੰਦਰ ਜਿਹੜੇ ਵਿਚਾਰ, ਆਸ਼ਾ, ਅਭਿਲਾਸ਼ਾ, ਆ ਤ੍ਰਿਸ਼ਨਾਵਾਂ, ਜਿਵੇਂ ਤ੍ਰਿਸ਼ਨਾ ਸਾਡਾ ਕੁਝ ਦੇਖ ਕੇ ਕਿਸੇ ਨੂੰ ਤ੍ਰਿਸ਼ਨਾ ਉਤਪੰਨ ਹੋ ਜਾਂਦੀ ਸਾਡੇ ਅੰਦਰ, ਸਮਝ ਲਓ ਕਿ ਤੁਹਾਡਾ ਧਿਆਨ ਉਹਦੇ ਭੂਮ ਲੋਕ ਦੇ ਵਿੱਚ ਰਜੋ ਗੁਣ ਦੇ, ਸਤਿਗੁਰ ਨੇ ਆਪਾਂ ਨੂੰ ਗਿਆਨ ਦਿੱਤਾ ਹੈ, ਆਪਣੇ ਮਨ ਦਾ ਪਿੱਛਾ ਕਰੋ, ਜਿਵੇਂ ਸਾਨੂੰ ਸਮਝਾਉਂਦੇ ਨਾ ਚਿੱਤਰ ਗੁਪਤ ਸਭ ਲਿਖਤੇ ਲੇਖਾ, ਗੁਰਬਾਣੀ 'ਚ ਸਮਝਾਉਂਦੇ ਆ, ਕਹਿੰਦੇ ਇੱਦਾਂ ਹੀ ਮਨ ਕੀ ਪੱਤਰੀ ਵਾਚਨੀ, ਆਪਣੀ ਪੱਤਰੀ ਨੂੰ ਵਾਚੋ, ਜਿਵੇਂ ਕਹਿੰਦੇ ਆਪੇ ਪੱਟੀ ਕਲਮ ਆਪ ਉੱਪਰ ਲਿਖ ਵੀ ਤੂੰ, ਇਹਦਾ ਨੂੰ ਪਤਾ ਹੋਵੇ ਕਿ ਤੁਸੀਂ ਕਿੱਥੇ ਕੀ ਲਿਖ ਰਹੇ ਆਪਣੇ, ਇਹਦਾ ਮਤਲਬ ਸਾਨੂੰ ਕੋਈ ਵਾਚ ਕਰ ਰਿਹਾ, ਸਾਨੂੰ ਵੇਖ ਰਿਹਾ ਕੋਈ, ਹਾਂਜੀ ਵਾਹਿਗੁਰੂ ਜੀ, ਜੋ ਵੀ ਅਸੀਂ ਕਰ ਰਹੇ ਹਾਂ, ਬਿਲਕੁਲ ਵਾਹਿਗੁਰੂ ਵਾਚ ਕਰ ਰਿਹਾ, ਮਾਲਕ ਆਪਣਾ ਪ੍ਰਮਾਤਮਾ ਸਾਨੂੰ ਵਾਚ ਕਰ ਰਿਹਾ, ਨਾਲ ਉਹਨਾਂ ਨੇ ਡਿਊਟੀ ਲਾਈ ਹੈ, ਇਹ ਪਰਿਵਾਰ ਹੈ, ਜਿਵੇਂ ਸਰੀਰ ਹੈ ਨਾ, ਇਹਦੇ ਮਨ ਦਾ ਪਰਿਵਾਰ ਹੈ, ਇਹਦੇ 'ਚ ਆਤਮਾ ਹੈ, ਧਰਮ ਰਾਏ ਹੈ, ਚਿੱਤਰਗੁਪਤ ਹੈ, ਕਾਲ ਹੈ, ਇਹ 'ਚ ਮਾਇਆ ਹੈ, ਤ੍ਰੈਗੁਣ ਹੈ, ਪੰਜ ਦੂਤ, ਕਾਮ, ਕ੍ਰੋਧ, ਲੋਭ, ਅਹੰਕਾਰ, ਜਿਵੇਂ ਆਪਾਂ ਅਗਲੀ ਵਿਚਾਰ ਕਰਦੇ ਹਾਂ, ਜਿਵੇਂ ਇੱਥੇ ਆ ਕਿ ਇਹ ਰਜੋਗੁਣ ਆਸ਼ਾ ਅਭਿਲਾਸ਼ਾ ਤ੍ਰਿਸ਼ਨਾਵਾਂ ਚਿੰਤਾਵਾਂ ਸੈਂਸ ਏ ਫਿਕਰ, ਆਪਾਂ ਸੈਂਸਾ ਲੱਗ ਜਾਂਦਾ ਹੈ, ਇਹ ਕੰਮ ਹੋ ਕੇ ਨਹੀਂ ਰਿਹਾ, ਕਦੋਂ ਹੋਏਗਾ, ਆਪਾਂ ਅੱਜ ਸਭ ਤੋਂ ਜ਼ਿਆਦਾ ਪ੍ਰੋਬਲਮ ਕੀ ਹੈ, ਡਿਪਰੈਸ਼ਨ, ਡਿਪਰੈਸ਼ਨ ਕਿਉਂ ਹੈ, ਕਿਉਂਕਿ ਆਪਾਂ ਇੱਕ ਸੋਚ ਨੂੰ ਸੋਚੀ ਜਾ ਰਹੇ ਹਾਂ, ਸੋਚੀ ਜਾ ਰਹੇ ਹਾਂ, ਤਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸੋਚੈ ਸੋਚ ਨਾ ਹੋ ਬਈ, ਜੇ ਸੋਚੀ ਲੱਖ ਵਾਰ, ਕਿ ਇੱਕ ਸੋਚ ਨੂੰ ਤੁਸੀਂ ਲੱਖਾਂ ਤਰੀਕਿਆਂ ਦੁਆਰਾ ਸੋਚੀ ਜਾਓ, ਕਿਉਂਕਿ ਮੇਰੀ ਸੋਚ ਦੁਆਰਾ ਸੰਸਾਰ ਨਹੀਂ ਚੱਲ ਰਿਹਾ, ਕਰੈਕਟ। ਪਰ ਭਾਈ ਸਾਹਿਬ ਮੈਨੂੰ ਲੱਗਦਾ ਕਿ ਜਿਹੜੇ ਸਾਡੇ ਸ਼ਹੀਦ ਸੀਗੇ ਉਹ ਉਹਨਾਂ ਦੁਆਰਾ ਤੱਕ ਰਹੇ ਹੋਣਗੇ, ਮੈਂ ਆਪਣੀ ਗੱਲ ਕਰ ਰਿਹਾ, ਬਾਕੀ ਮੈਂ ਕਿਸੇ ਹੋਰ ਦਰਸ਼ਕ ਦੀ ਗੱਲ ਨਹੀਂ ਕਰ ਰਿਹਾ,
ਮੈਨੂੰ ਤਾਂ ਲੱਗਦਾ ਕਿ ਮੈਂ ਉਹ ਤੀਜੇ ਵਾਲੇ ਦੀਵਾਰ 'ਚ ਹਾਂ, ਇੱਥੇ ਹਾਂ, ਇੱਥੇ ਫਸਿਆ ਹੋਇਆ ਕਿੱਥੇ ਮੈਂ। ਹਾਂਜੀ, ਆਪਾਂ ਉਹਦੀ ਵਿਚਾਰ ਕਰਦੇ ਗੁਰਮੁਖ ਪਿਆਰੇ, ਇਹ ਹੈ ਅਗਲਾ ਪਾੜ ਹੈ ਤਮ ਗੁਣ, ਇਹਨੂੰ ਕਿਹਾ ਪਤਾਲ ਲੋਕ। ਸਤਿਗੁਰ ਨੇ ਸਮਝਾਇਆ ਤਰਲੋਕੀ ਦੇ ਤਿੰਨ ਗੁਣ ਜਿੱਥੇ ਸਾਡਾ ਧਿਆਨ ਰਹਿੰਦਾ, ਅਤੇ ਜੇ ਜਿੱਥੇ ਜ਼ਿਆਦਾ ਸਾਡੇ ਸਵਾਸ ਲੱਗਣਗੇ ਆਪਾਂ ਉੱਥੇ ਚੱਲ ਜਾਣਾ ਅੰਤ ਵੇਲੇ, ਇਹ ਸਤਿਗੁਰ ਦੀ ਬਾਣੀ ਸਮਝਾਉਂਦੇ ਨੇ। ਠੀਕ ਹੈ, ਹੁਣ ਸਤਿਗੁਰ ਕਹਿੰਦੇ ਜੋ ਤਮੋ ਗੁਣ ਹੈ ਇਸ ਨੂੰ ਕਹਿੰਦੇ ਇਹਦੇ ਅੰਦਰ ਕੀ ਹੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਿਆ, ਚੁਗਲੀ, ਈਰਖਾ, ਵਕੀਲੀ, ਦੁਬਧਾ, ਇਹ ਓਬਵੀਅਸਲੀ ਆਪਾਂ ਸਾਰੇ ਮਤਲਬ ਥੋੜ੍ਹਾ ਥੋੜ੍ਹਾ ਇੱਥੋਂ ਲੈਂਦੇ ਹਾਂ, ਕਦੀ ਕ੍ਰੋਧੀ ਹੋ ਜਾਂਦੇ ਹਾਂ, ਕਦੀ ਆਪਣਾ ਧਿਆਨ ਮਾੜਾ ਹੋ ਜਾਂਦਾ। ਦਿਸ ਇਜ਼ ਵਟ ਵੀ ਆਰ ਲਿਵਿੰਗ ਰਾਈਟ, ਬਿਲਕੁਲ ਇਹ ਜੀ ਰਹੇ ਹਾਂ, ਆ ਜੀ ਰਹੇ ਹਾਂ। ਠੀਕ ਹੈ, ਹੁਣ ਇਹ ਜਿਹੜਾ ਸਤਿਗੁਰ ਸਮਝਾਉਂਦੇ ਕਹਿੰਦੇ ਜਿਹੜਾ ਇੱਥੇ ਜੀ ਰਿਹਾ ਨਾ, ਉਹ ਸਤਿਗੁਰੂ ਸਮਝਾ ਰਹੇ ਗੁਰਬਾਣੀ ਦੇ ਵਿੱਚ, ਉਹ ਮਾਲਕ ਵੱਲ ਮਾਲਕ ਦੇ ਰਸਤੇ ਨੂੰ ਨਹੀਂ ਚੁਲ ਸਕਦਾ, ਉਹ ਗੁਰਬਾਣੀ ਨੂੰ ਸਮਝ ਨਹੀਂ ਸਕਦਾ, ਜਿੰਨਾ ਮਰਜ਼ੀ ਪਾਠ ਕਰ ਲਵੇ ਉਹਨੂੰ ਉਹਨੂੰ ਵਿਧੀ ਨਹੀਂ ਆਉਣੀ, ਉਹਨੂੰ ਤਰੀਕਾ ਨਹੀਂ ਆਉਣਾ, ਕਿਉਂਕਿ ਉਹ ਜਿਹੜਾ ਬਾਣੀ ਪੜ੍ਹੇਗਾ ਨਾ ਉਹਦੇ ਅੰਦਰ ਇਹੀ ਵਿਚਾਰ ਚੱਲੇ ਜਾਣੇ ਨੇ। ਜਦੋਂ ਮੰਨ ਲਓ ਕਿ ਤੁਸੀਂ ਕਰਮ ਕਰਦੇ, ਕੰਮ ਕਰਦੇ ਆ ਪੱਥਾ ਪੈਰਾਂ ਨਾਲ, ਅਤੇ ਕੰਮ ਕਰਦੇ ਕੀ ਹੁੰਦਾ ਕਿ ਤੁਸੀਂ ਕੰਮ ਵੀ ਨਹੀਂ ਰੁਕਦਾ ਅਤੇ ਤੁਹਾਡੀਆਂ ਸੋਚਾਂ ਵੀ ਨਹੀਂ ਰੁਕਦੀਆਂ। ਕਰੈਕਟ, ਰਾਈਟ ਰਾਈਟ, ਇੱਦਾਂ ਹੀ ਆਪਣਾ ਐਗਜੈਕਟਲੀ ਸੇਮ ਜਿਹੜਾ ਪ੍ਰੋਸੀਜਰ ਆਪਾਂ ਸਿੱਖਿਆ ਹੁੰਦਾ, ਕੰਮ ਕਰਦੇ ਹਾਂ ਸੋਚਾਂ ਨਹੀਂ ਰੁਕਦੀਆਂ, ਆਪਾਂ ਕੀ ਕੰਮ ਕਰਨ ਲੱਗ ਜਾਂਦੇ, ਗੁਰਬਾਣੀ ਵੀ ਇੱਦਾਂ ਹੀ ਪੜ੍ਹਨ ਲੱਗ ਜਾਂਦੇ ਹਾਂ, ਗੁਰਬਾਣੀ ਪੜ੍ਹਦੇ ਹਾਂ ਅਤੇ ਨਾਲ ਕੀ ਸੋਚਾਂ ਵੀ ਨਹੀਂ ਰੁਕਦੀਆਂ। ਉਹ ਕੀ ਹੋ ਜਾਂਦਾ, ਸਤਿਗੁਰੂ ਸਮਝਾਉਂਦੇ ਜੇ ਸੋਚਾਂ ਨਹੀਂ ਰੁਕਦੀਆਂ ਨਾ, ਜਿਸ ਨੂੰ ਗਿਆਨ ਦੇਣਾ ਸੀ ਮਨ ਨੂੰ, ਉਹ ਸੋਚਾਂ ਦੇ ਵਿੱਚ ਸੌ ਜਾਂਦਾ। ਇੱਥੇ ਇਹਨੂੰ ਕਹਿੰਦੇ ਤੇਹੀ ਗੁਣੀ ਸੰਸਾਰ ਭ੍ਰਮ ਸੁੱਤਾ। ਆਪਾਂ ਕਿਸੇ ਹੋਰ ਗੱਲਾਂ ਨਾਲ ਫੀਡ ਕਰ ਰਹੇ ਹਾਂ, ਜਿਸ ਨਾਲ ਸਾਨੂੰ ਮਨ ਨੂੰ ਫੀਡ ਕਰਨਾ ਚਾਹੀਦਾ, ਉਹ ਫੀਡ ਹੀ ਨਹੀਂ ਕਰ ਰਿਹਾ, ਫੀਡ ਹੀ ਨਹੀਂ ਆ ਰਿਹਾ, ਉਹ ਪਹੁੰਚ ਨਹੀਂ ਰਿਹਾ। ਕਰੈਕਟ, ਅੰਦਰ ਜਾ ਹੀ ਨਹੀਂ ਰਹੀ ਗੱਲ। ਕਰੈਕਟ, ਮੰਨ ਲਓ ਕਿ ਕੋਈ ਸੁੱਤਾ ਹੈ ਤਾਂ ਉਹਦੇ ਤੱਕ ਆਵਾਜ਼ ਪਹੁੰਚੂਗੀ ਤਾਂ ਹੀ ਜਾਗੂਗਾ। ਰਾਈਟ, ਹੁਣ ਉਹਦੇ ਤੱਕ ਆਵਾਜ਼ ਕਿਉਂ ਨਹੀਂ ਪਹੁੰਚਦੀ, ਕਿਉਂਕਿ ਇੱਥੇ ਦੇ ਆ ਕਾਮ, ਕ੍ਰੋਧ, ਲੋਭ, ਮੋਹੰਕਾਰ ਇਹਨਾਂ ਰੋਲਾ ਪਾਇਆ ਹੋਇਆ ਅੰਦਰ, ਉਹ ਸ਼ੋਰ ਸ਼ੋਰ ਕਾਹਦਾ ਪਾਇਆ ਹੋਇਆ, ਤੁਹਾਨੂੰ ਕੋਈ ਨਾ ਕੋਈ ਕੰਮ ਚੇਤੀ ਕਰਾਈ ਜਾ ਰਿਹਾ, ਤੁਹਾਡਾ ਆਹ ਕੰਮ ਰਹਿ ਗਿਆ, ਉਹ ਰਹਿ ਗਿਆ, ਚਿੰਤਾ, ਇੱਛਾ, ਤ੍ਰਿਸ਼ਨਾ, ਇਹਦੇ 'ਚ ਇੰਨਾ ਮਨ ਗੇੜੀ ਗੇੜ 'ਚ ਪਾਇਆ ਹੋਇਆ ਕਿ ਇਸ ਨੂੰ ਪਹਿਚਾਣ ਹੀ ਨਹੀਂ ਆ ਰਹੀ ਕਿ ਮੈਂ ਗੁਰਬਾਣੀ ਪੜ੍ਹ ਕੇ ਆਪਣੇ ਪਿਤਾ ਨਾਲ ਮਿਲਾਪ ਕਰਨਾ, ਇਹ ਰਸਤੇ 'ਤੇ ਚੱਲ ਕੇ ਆਪਾਂ ਆਪਣੇ ਪਿਤਾ ਤੱਕ ਪਹੁੰਚਣਾ, ਜਿਵੇਂ ਆਹ ਦੇਖ ਰਹੇ ਤੁਸੀਂ ਲਿਵ ਧਾਤ, ਇਹ ਦੋ ਰਸਤੇ ਸਤਿਗੁਰ ਦੀ ਗੁਰਬਾਣੀ ਨੇ ਸਮਝਾਏ, ਇਹ ਮਨ ਦਾ ਪਿੰਡ ਹੈ, ਹਰ ਇੱਕ ਜੀ 84 ਲੱਖ ਜੂਨ ਇਹ ਪਿੰਡ ਨੂੰ ਤੈਅ ਕਰ ਰਹੀ ਹੈ, ਇਹ ਪਿੰਡ ਨੂੰ ਤੈਅ ਕਰ ਰਹੀ ਹੈ ਗਿਆਨ ਦੁਆਰਾ। ਇਹ ਗਿਆਨ ਕਿੱਥੋਂ ਲਿੱਤਾ, ਜਿਹੜਾ ਇਹ ਗਿਆਨ ਹੈ ਆਹ ਧਾਤ ਦਾ ਰਸਤਾ ਗੁਰਬਾਣੀ ਸਮਝਾਉਂਦੇ, ਦੇਖ ਰਿਹਾ ਤੁਹਾਨੂੰ ਜੀ, ਇਹ ਧਾਤ ਦਾ ਰਸਤਾ, ਹਾਂਜੀ ਇਹ ਧਾਤ ਦਾ ਰਸਤਾ ਹੈ, ਇਹਨੂੰ ਗੁਰਬਾਣੀ 'ਚ ਕਿਹਾ ਕਿਹੜਾ ਰਸਤਾ ਹੈ ਜੀ, ਇਹ ਧਾਤ ਦਾ, ਧਾਤ ਧਾਤ, ਇਸਨੂੰ ਕਿਹਾ ਧਾਤ ਦਾ, ਧਾਤ ਹੁੰਦਾ ਕਿ ਜਿੱਥੇ ਜਾ ਕੇ ਗੁਰੂ ਦੀ ਵਿਚਾਰ ਨਹੀਂ, ਗੁਰੂ ਦੀ ਸੋਚ ਨਹੀਂ, ਗੁਰੂ ਦਾ ਗਿਆਨ ਨਹੀਂ, ਉਹ ਸਾਰਾ ਗਿਆਨ ਇਹਨਾਂ ਦਾ ਕਾਮ, ਕ੍ਰੋਧ, ਲੋਭ, ਹੰਕਾਰ ਦਾ। ਠੀਕ ਹੈ ਜੀ, ਇਹਨੂੰ ਗੁਰਬਾਣੀ 'ਚ ਧਾਤ ਦਾ ਰਸਤਾ ਕਿ ਨਫ਼ਰਤ ਦਾ ਰਸਤਾ ਕਿਹਾ, ਦਵੈਤ ਦਾ, ਇੱਥੋਂ ਜਾ ਉਹ ਰਜੋਗੁਣ ਹੀ ਹੋ ਜਾਏਗਾ, ਉਹ ਕਹਿੰਦਾ ਮੈਂ ਤਾਂ ਆਪਣਾ ਕੁਟੰਬ ਪਾਲ ਰਿਹਾ, ਮੈਂ ਤਾਂ ਕਿਰਤ ਕਰ ਰਿਹਾ, ਬਸ ਮੇਰੇ ਲਈ ਮੇਰਾ ਪਰਿਵਾਰ ਹੀ ਹੈ, ਉਹ ਇੱਕ ਕਹਿ ਰਿਹਾ ਕਿ ਇੱਥੋਂ ਜਾ ਕੇ ਕੋਈ ਇੱਕ ਠੱਗੀ ਮਾਰਿਆ ਜਾਂ ਉਹ ਕਾਮ, ਕ੍ਰੋਧ, ਲੋਭ, ਹੰਕਾਰ ਦੇ ਕਿਸੇ ਪੁਆਇੰਟ 'ਤੇ ਵੱਸ ਹੈ, ਉਹ ਉੱਥੇ ਬਹਿ ਕੇ ਹੰਕਾਰੀ ਹੋ ਜਾ, ਚੁਗਲੀ ਕਰ, ਦੁਬਿਧਾ 'ਚ ਰਹਿ। ਹੁਣ ਆਮ ਜੀ ਨੂੰ ਕਹੋ ਨਾ ਕਿ ਤੁਹਾਡੇ ਅੰਦਰ ਕਾਮ, ਕ੍ਰੋਧ, ਲੋਭ, ਹੰਕਾਰ, ਉਹ ਕਦੀ ਵਿਚਾਰਦੇ ਹੀ ਨਹੀਂ, ਕਿਉਂਕਿ ਉਹਨਾਂ ਨੂੰ ਵਿਚਾਰ ਆਉਣ ਹੀ ਨਹੀਂ ਦਿੱਤਾ ਜਾਂਦਾ। ਇਹ ਵਿਚਾਰ ਕੌਣ ਦੱਸ ਰਹੇ, ਸਤਿਗੁਰ ਦੀ ਬਾਣੀ ਕਿ ਤੁਹਾਡੇ ਅੰਦਰ ਕਾਮ, ਕ੍ਰੋਧ, ਲੋਭ, ਹੰਕਾਰ ਹੈ। ਅਤੇ ਹੁਣ ਕੀ ਆਪਾਂ ਨੂੰ ਪਤਾ ਕਦੋਂ ਲੱਗਦਾ, ਜਦੋਂ ਉਹ ਐਕਸ਼ਨ ਸਾਡੀ ਫੇਸ 'ਤੇ ਸਾਡੀ ਨੇਤਰਾਂ ਦੁਆਰਾ ਇੰਦਰੀਆਂ ਦੁਆਰੀਆਂ ਬਾਹਰ ਆਉਂਦੇ ਨੇ, ਗੁੱਸਾ ਜਾਂ ਕ੍ਰੋਧ ਹੋਵੇ ਜਾਂ ਲੋਭ ਹੋਵੇ, ਮੋਹ ਹੋਵੇ, ਇਸੇ ਕਰਕੇ ਸਤਿਗੁਰ ਸਮਝਾਉਂਦੇ ਨੇ ਇਹ ਸਾਰਾ ਸੰਸਾਰ ਇਹ ਤਿੰਨਾਂ ਗੁਣਾਂ ਦੇ ਵਿੱਚ ਸੁੱਤਾ ਪਿਆ। ਹੁਣ ਇਹ ਆਪਾਂ ਸਾਰੀ ਹੁਣ ਵਿਚਾਰ ਕਰਦੇ ਹਾਂ ਲਿਵ ਅਤੇ ਧਾਤ ਦੀ, ਲਿਵ ਧਾਤ ਦੀ। ਜਿਹੜੇ ਤੁਸੀਂ ਸਵਾਲ ਕੀਤਾ ਮੈਨੂੰ ਕਿ ਜਿਹੜੇ ਗੁਰਮੁਖ ਸਨ ਉਹ ਕਿਹੜੇ ਰਸਤੇ ਸਨ, ਕਰੈਕਟ, ਉਹ ਗੁਰਬਾਣੀ ਸਮਝਾਉਂਦੇ ਆਹ ਰਸਤਾ ਹੈ ਲਿਵ ਦਾ ਰਸਤਾ, ਜਿਹਨੂੰ ਕਹਿੰਦੇ ਘਰ ਨੂੰ ਜਾਂਦੇ ਸੰਤ ਕਾ ਮਾਰਗ ਧਰਮ ਕੀ ਪੌੜੀ, ਬਿਲਕੁਲ ਕੋਵਿਡ ਭਾਗੀ ਪਾਏ, ਇਹ ਰਸਤੇ 'ਤੇ ਚੱਲ ਕੇ ਆਪਾਂ ਆਪਣੇ ਘਰ ਨੂੰ ਪਹੁੰਚਣਾ। ਉਹ ਇਹ ਰਸਤੇ ਕਦੀ ਨਹੀਂ ਜਾਂਦੇ, ਆਹ ਰਸਤਾ ਉਹਨਾਂ ਨੇ ਛੱਡ ਦਿੱਤਾ, ਕਿਉਂਕਿ ਗੁਰਬਾਣੀ ਨੇ ਕਿਹਾ ਜਿਹੜਾ ਇਸ ਰਸਤੇ ਜਾਏਗਾ ਉਹ ਆਪਣੇ ਪਿਤਾ ਤੱਕ ਨਹੀਂ ਪਹੁੰਚ ਸਕਦਾ, ਜੂਨਾਂ 'ਚ ਚਲੇ ਜਾਏਗਾ ਲੇਕਿਨ ਘਰ ਨਹੀਂ ਜਾਏਗਾ, ਆਪਣੇ ਪਿਤਾ ਨਾਲ ਮਿਲਾਪ ਨਹੀਂ ਕਰ ਸਕਦਾ, ਉਹ ਭਰਮ ਦੇ ਵਿੱਚ ਰਹੇਗਾ ਇੱਥੇ ਤਰਲੋਕੀ ਦੇ ਵਿੱਚ। ਅਤੇ ਇਹਨੂੰ ਅਸੀਂ ਕਹਿ ਸਕਦੇ ਹਾਂ ਭਾਈ ਸਾਹਿਬ ਕਿ ਜਿਹਨਾਂ ਸਾਨੂੰ ਜਿਹੜਾ ਹੁਣ ਹੈ ਜਨਮ ਹੋਇਆ ਐਜ਼ ਐਨ ਹਿਊਮਨ ਬੀਇੰਗ, ਹਾਂਜੀ ਸਾਨੂੰ 84 ਲੱਖ ਜੂਨਾਂ ਤੋਂ ਬਾਅਦ ਕਹਿੰਦੇ ਕਿ ਤੁਹਾਨੂੰ ਜਨਮ ਮਿਲਦਾ ਜਾਂ ਤੁਹਾਨੂੰ ਕੱਟਣੀਆਂ ਪੈਂਦੀਆਂ, ਰਾਈਟ। ਸੋ ਜਿਹੜੇ ਗੁਰਮੁਖ ਇਸ ਯੁੱਗ ਦੇ ਵਿੱਚ ਆਉਂਦੇ ਨੇ, ਜਨਮ ਲੈਂਦੇ ਨੇ, ਅਤੇ ਉਹ ਦੋਨੋਂ ਲਾਈਨਾਂ ਤੱਕ ਰਹੇ ਹੋਣਗੇ, ਹਾਂਜੀ। ਔਰ ਅੱਜ ਮੈਨੂੰ ਮੈਕਸੀਮਮ, ਮੈਨੂੰ ਹੋਰ ਕਿਸੇ ਦਾ ਗਰੰਟੀ ਨਹੀਂ ਹੈਗੀ, ਮੈਂ ਆਪਣੀ ਗੱਲ ਕਰਦਾ, ਲੇਕਿਨ ਮੈਂ ਤਾਂ ਹਜੇ ਪਤਾਲ ਲੋਕ ਦੇ ਵਿੱਚ ਹੀ ਹਾਂ, ਮੈਂ ਅਗਰ ਜ਼ਿਆਦਾਤਰ ਇੱਥੇ ਹੀ ਹੈ ਸਾਰੇ ਜੀ, ਮੈਂ ਆਪਣੀ ਗੱਲ ਕਰਦਾ, ਮੈਂ ਕਿਸੇ ਹੋਰ ਦੀ ਗੱਲ ਨਹੀਂ ਕਰਦਾ, ਪਰ ਮੈਂ ਤੁਹਾਡੇ ਤੋਂ ਇਹ ਜ਼ਰੂਰ ਸਿੱਖਣਾ ਚਾਹਾਂਗਾ ਕਿ ਮੈਂ ਉੱਥੇ ਕਿਵੇਂ ਪਹੁੰਚ ਸਕਦਾ, ਜਿਵੇਂ ਕਿ ਤੁਸੀਂ ਸਾਨੂੰ ਦੱਸ ਵੀ ਰਹੇ ਹੋ, ਹਾਂਜੀ, ਪ੍ਰੈਕਟੀਕਲ ਜ਼ਿੰਦਗੀ ਦੇ ਹਿਸਾਬ ਨਾਲ, ਔਰ ਕਿਵੇਂ ਅਸੀਂ ਗੁਰਬਾਣੀ ਪੜ੍ਹ ਕੇ ਵੀ ਉੱਥੇ ਪਹੁੰਚ ਸਕਦੇ ਹਾਂ, ਅਸੀਂ ਆਪਣੇ ਦਰਸ਼ਕਾਂ ਨੂੰ ਵੀ ਦੱਸਾਂਗੇ। ਫਿਲਹਾਲ ਮੈਂ ਰੁਕ ਰਿਹਾ ਇੱਕ ਬ੍ਰੇਕ ਲਈ, ਕਰਾਂਗੇ ਇਸ ਉੱਤੇ ਹੋਰ ਵਿਚਾਰ ਇਸ ਬ੍ਰੇਕ ਤੋਂ ਉਸ ਬਾਅਦ।
ਬਹੁਤ ਸੋਹਣੇ ਢੰਗ ਦੇ ਨਾਲ ਸਮਝਾ ਰਹੇ ਹਨ, ਮੇਰਾ ਪੂਰਾ ਮਨ ਲੱਗਿਆ ਹੋਇਆ ਸੀ, ਪਹਿਲੀ ਵਾਰ ਮੇਰਾ ਮਨ ਲੱਗਿਆ, ਮੈਂ ਜ਼ਰੂਰ ਕਹਾਂਗਾ, ਮੈਂ ਪਤਾਲ ਲੋਕ ਤੱਕ ਤਾਂ ਪਹੁੰਚ ਗਿਆ, ਹੁਣ ਕੋਸ਼ਿਸ਼ ਜ਼ਰੂਰ ਕਰਾਂਗਾ ਕਿ ਮੈਂ ਭੂਮ ਲੋਕ ਤੱਕ ਕਿਵੇਂ ਪਹੁੰਚ ਸਕਦਾ, ਫਿਰ ਆਕਾਸ਼ ਲੋਕ ਤਾਂ ਬਹੁਤ ਉੱਤੇ ਚਲਾ ਗਿਆ। ਹਾਂਜੀ, ਇੱਦਾਂ ਨਾ ਸਤਿਗੁਰੂ ਨੇ ਸਮਝਾਇਆ ਕਿ ਆਪਾਂ ਨੂੰ ਗੁਰਬਾਣੀ ਸਮਝਾਇਆ ਕਿ ਜਿਹੜਾ ਅੱਜ ਆਪਣਾ ਜੀਵਨ ਹੈ ਨਾ, ਜਿਹੜੀ ਰੂਪ ਰੇਖਾ, ਜਿਹੜਾ ਗਿਆਨ ਲੈ ਕੇ ਆਪਾਂ ਧਿਆਨ ਦੁਆਰਾ ਪਰਿਵਾਰ 'ਚ ਸਮਾਜ ਵਿੱਚ ਵਿਚਰ ਰਹੇ ਹਾਂ ਨਾ, ਉਹ ਜਿਹੜਾ ਗਿਆਨ ਅਤੇ ਧਿਆਨ ਸਾਰਾ ਸਤਿਗੁਰੂ ਦੀ ਗੁਰਬਾਣੀ ਸਮਝਾਉਂਦੇ ਨੇ, ਆਪਾਂ ਇਹਨਾਂ ਤੋਂ ਲਿੱਤਾ ਜਾਂ ਗੁਰੂ ਤੋਂ ਨਹੀਂ ਲਿੱਤਾ, ਕਾਲ ਦੇ ਕੋਲੋਂ ਲੈ ਕੇ ਜੋ ਵੀ ਕੰਮ ਕਰਦੇ ਹਾਂ ਨਾ, ਆਪਾਂ ਗੁਰਬਾਣੀ ਤੋਂ ਨਹੀਂ ਪੁੱਛਦੇ ਕਿ ਆ ਮੈਂ ਗੁਰੂ ਦੁਆਰਾ ਕਰ ਰਹੀ ਹਾਂ ਗੁਰਬਾਣੀ, ਕਿਉਂਕਿ ਗੁਰਬਾਣੀ ਮਤ ਹੈ, ਇਹ ਮਤ ਛੱਡਣ ਨੂੰ ਆਪਾਂ ਕਹਿ ਰਹੀ, ਕਹਿੰਦੇ ਮਨ ਕੀ ਮਤ ਤਿਆਗੋ, ਆੜੀ ਮਤ ਨੂੰ ਛੱਡਣ ਨੂੰ ਆਪਾਂ ਨੂੰ ਗੁਰਬਾਣੀ ਕਹਿ ਰਹੀ ਹੈ। ਠੀਕ ਹੈ, ਇਹ ਵਿਚਾਰਾਂ ਨੂੰ ਕਿਹੜੇ ਵਿਚਾਰਾਂ ਨੂੰ ਛੱਡਣਾ, ਮੰਨ ਲਓ ਕਿ ਤੁਸੀਂ ਕੋਈ ਕਰਮ ਕਰਦੇ ਰਹੇ, ਹੁਣ ਜੀ ਸਪੋਜ਼ ਟੂ ਵੀ ਬਾਣੀ ਪੜ੍ਹਦੇ, ਬਾਣੀ ਪੜ੍ਹਨ ਲੱਗਿਆਂ ਆਪਾਂ ਨੂੰ ਸਮਝਾਉਂਦੇ ਤੁਸੀਂ ਕਰਮ ਹੈ ਉਹ ਵੀ ਕਹਿ ਹੈ ਨਾ, ਕਿਉਂਕਿ ਪੜ੍ਹਨਾ ਤੁਸੀਂ ਨੇਤਰਾਂ ਦੁਆਰਾ ਦਰਸ਼ਨ ਕਰਨੇ ਨੇ, ਸਰਵਣਾਂ ਦੁਆਰਾ ਤੁਸੀਂ ਸੁਣਨਾ ਅਤੇ ਰਸਨਾਂ ਦੁਆਰਾ ਬੋਲਣਾ, ਤਾਂ ਜੇ ਤੁਸੀਂ ਬਾਣੀ ਪੜ੍ਹਨ ਲੱਗ ਜਾਂਦੇ ਹੋ ਤਾਂ ਨਾਲ ਕੀ ਹੋ ਜਾਂਦਾ, ਉਹ ਕਰਮ ਦੇ ਨਾਲ ਆਪਾਂ ਨੂੰ ਸਿਰਫ ਕੀ ਕਰਨਾ, ਉਹਨੂੰ ਸੁਣਨਾ ਅਸੀਂ ਕਰਮ ਨੂੰ, ਉਹਨੂੰ ਕਹਿੰਦੇ ਪ੍ਰੈਜੈਂਟ, ਗੁਰਬਾਣੀ ਆਪਣੇ ਅੰਦਰ ਜਾਂਦੀ ਅਤੇ ਸਤਿਗੁਰ ਨੇ ਆਪਾਂ ਨੂੰ ਫਿਰ ਇਹਦਾ ਭੇਤ ਮਿਲਣਾ ਸੀ। ਹੁਣ ਕੀ ਹੁੰਦਾ ਕਿ ਉਹ ਜਿਹੜੇ ਅੰਦਰ ਬੈਠੇ ਨੇ ਕਾਮ ਕ੍ਰੋਧ ਲੋਭ ਹੰਕਾਰ, ਉਹ ਮਨ ਨੂੰ ਕਹਿੰਦੇ ਤੇਰਾ ਤਾਂ ਕੰਮ ਰਹਿ ਗਿਆ ਉੱਥੇ, ਤੇਰਾ ਤਾਂ ਆਹ ਰਹਿ ਗਿਆ, ਉਹਨੂੰ ਕਹਿੰਦੇ ਨੇ ਪੰਜ ਦੂਤ ਚਿਤਵੇ ਵਕਾਰਾ, ਗੁਰਬਾਣੀ ਕਹਿ ਰਹੀ, ਕਿਤੇ ਹੋਰ ਲੈ ਗਏ, ਹੋਰ ਲੈ ਗਏ, ਅਤੇ ਬਾਣੀ ਚੱਲੀ ਜਾ ਰਹੀ ਹੈ, ਗੁਰਬਾਣੀ ਬੋਲੀ ਜਾ ਰਹੀ ਹੈ, ਉਹ ਸਤਿਗੁਰ ਸਮਝਾ ਰਹੇ ਨੇ ਇਹ ਕੀ ਕਰਦੇ ਪਏ ਨੇ, ਇਹਨਾਂ ਨੂੰ ਭਰਮੀ ਨਾ ਹੋਵੇ ਕਿ ਇਹ ਗੁਰੂ ਵਾਲੇ ਨਹੀਂ, ਮਤਲਬ ਕਿ ਇਹ ਧਾਰਮਿਕ ਕਰਮ ਨਹੀਂ ਕਰਦੇ ਪਏ ਜਾਂ ਸਤਿਗੁਰੂ ਨਾਲ ਨਹੀਂ ਜੁੜੇ। ਅੰਦਰ ਕੀ ਹੋ ਰਿਹਾ ਕਿ ਜਿਹੜਾ ਮਨ ਹੈ ਉਹ ਮਨ ਨੂੰ ਸਵਾ ਦਿੱਤਾ ਜਾਂਦਾ ਵਿਚਾਰਾਂ 'ਚ, ਖਿਆਲਾਂ ਵਿੱਚ, ਅਤੇ ਬਾਣੀ ਪੜ੍ਹਾਈ ਜਾਂਦੇ ਨੇ, ਉੱਧਰ ਖਿਆਲ ਚੱਲੀ ਜਾ ਰਹੇ ਨੇ, ਉੱਧਰੋਂ ਬਾਣੀ ਚੱਲੀ ਜਾ ਰਹੀ। ਹੋਇਆ ਕਿ ਸਤਿਗੁਰ ਸਮਝਾਉਂਦੇ ਨੇ, ਕਹਿੰਦੇ ਕਿ ਜਦੋਂ ਆਪਾਂ ਬਾਣੀ ਪੜ੍ਹ ਲੈਂਦੇ ਹਾਂ ਅਤੇ ਆਪਾਂ ਇਹ ਵਿਚਾਰਾਂ ਦੇ ਵਿੱਚ ਆਪਣਾ ਮਨ ਹੁੰਦਾ, ਇਹਨੂੰ ਸਤਿਗੁਰ ਕਹਿੰਦੇ ਤ੍ਰੈ ਗੁਣ ਪੜ੍ਹੈ, ਤ੍ਰੈ ਗੁਣ ਦਾ ਵਿੱਚ ਮਤਲਬ ਵਿਚਾਰਾਂ ਦੇ ਵਿੱਚ ਤੂੰ ਬਹਿ ਕੇ ਪੜ੍ਹਨਾ ਪਿਆ, ਤ੍ਰੈ ਗੁਣ ਪੜ੍ਹੈ ਹਰ ਤੱਤ ਨਾ ਜਾਣੈ, ਕਰੈਕਟ, ਹਰੀ ਤੱਤ ਨੂੰ ਨਹੀਂ ਤੂੰ ਲੱਭ ਸਕਦਾ, ਮੂਲੂ ਭੋਲਾ ਗੁਰ ਸ਼ਬਦ ਨਾ ਪਹਿਚਾਣੇ, ਕਿ ਸ਼ਬਦ ਦੀ ਪਹਿਚਾਣ ਨਹੀਂ ਆਉਣੀ, ਸ਼ਬਦ ਦੀ ਪਹਿਚਾਣ ਤਾਂ ਆਉਂਦੀ ਜੇ ਗੁਰੂ ਦਾ ਗਿਆਨ ਅੰਦਰ ਜਾਂਦਾ। ਠੀਕ ਹੈ, ਮੈਨੂੰ ਇੱਕ ਭਾਈ ਸਾਹਿਬ ਇੱਕ ਸਵਾਲ ਬਹੁਤ ਇੰਪੋਰਟੈਂਟ ਚੇਤਾ ਆ ਗਿਆ। ਹਾਂਜੀ, ਅੱਜ ਜਿਹੜੀ ਤ੍ਰਾਸਦੀ ਕੌਮ ਦੇ ਵਿੱਚ ਸਾਡੇ ਆਈ ਹੋਈ ਹੈ, ਜਿਸ ਕਰਕੇ ਅਸੀਂ ਕਈ ਸਾਰੀ ਮੰਚ ਵੀ ਸਜਾਉਂਦੇ ਹਾਂ, ਵੱਡੇ ਵੱਡੇ ਪ੍ਰੋਗਰਾਮ ਵੀ ਕਰਦੇ ਹਾਂ, ਹਾਂਜੀ, ਵੱਡੇ ਪੱਧਰ 'ਤੇ ਪ੍ਰੋਗਰਾਮ ਕਰਦੇ ਹਾਂ ਵਰਲਡਵਾਈਡ। ਹਾਂਜੀ, ਤ੍ਰਾਸਦੀ ਅਗਰ ਮੈਂ ਪੰਜਾਬ ਦੇ ਵੱਲ ਥੋੜ੍ਹਾ ਜਿਹਾ ਲੈ ਜਾਵਾਂ ਜਾਂ ਫਿਰ ਮੈਂ ਥੋੜ੍ਹਾ ਜਿਹਾ ਉਸ ਗੱਲ ਨੂੰ ਇੱਥੇ ਵੀ ਵੇਖ ਲਵਾਂ, ਤਾਂ ਇਹ ਵਰਲਡ ਦੇ ਵਿੱਚ ਸਾਡੀ ਕਮਿਊਨਿਟੀ ਦੇ ਵਿੱਚ ਪ੍ਰੋਬਲਮ ਆਈ ਹੋਈ ਹੈ। ਬਿਲਕੁਲ, ਇੱਕ ਤਾਂ ਅਸੀਂ ਇਕੱਠੇ ਨਹੀਂ ਹੋ ਪਾ ਰਹੇ, ਪਹਿਲੀ ਗੱਲ, ਹਾਂਜੀ, ਦੂਜੀ ਗੱਲ ਇੱਕ ਤਾਂ ਐਡਿਕਸ਼ਨਸ ਦੀ ਪ੍ਰੋਬਲਮ ਹੈ ਸਾਡੀ ਨਵੀਂ ਪਨੀਰੀ ਦੇ ਵਿੱਚ, ਜਿਹਦੇ ਵਿੱਚ ਡਰੱਗ ਐਲਕੋਹਲ ਦੀ ਪ੍ਰੋਬਲਮ ਹੈਗੀ ਹੈ, ਔਰ ਤੀਜਾ ਜਿਹਦੇ ਸਾਡੇ ਵਿੱਚ ਐਜੂਕੇਸ਼ਨ ਦੀ ਘਾਟ ਹੈਗੀ ਹੈ, ਅਤੇ ਉਹ ਜਿਹੜਾ ਅਗਰ ਆਪਾਂ ਚਾਹੀਏ ਤਾਂ ਉਹ ਕਿਵੇਂ ਇਕੱਠਾ ਕਰ ਸਕਦੇ ਹਾਂ? ਹਾਂਜੀ, ਉਹ ਬਹੁਤ ਸੌਖਾ ਹੈ, ਜ਼ਿਆਦਾ ਔਖਾ ਨਹੀਂ ਹੈ। ਹਾਂ, ਗੱਲ ਕਿ ਹੁਣ ਜੇ ਇਹੀ ਗਿਆਨ ਰਿਹਾ ਫਿਰ ਆਪਾਂ ਨਹੀਂ ਇਕੱਠੀ ਕਰ ਸਕਦੇ, ਉਹਦੇ ਲਈ ਆਪਾਂ ਨੂੰ ਸਮਝਾਉਂਦੇ ਕਿ ਗੁਰਬਾਣੀ 'ਚ ਆਪਾਂ ਨੂੰ ਗੁਰੂ ਤੋਂ ਜੀਵਨ ਜਾਂਚ ਸਿੱਖਣੀ ਪਏਗੀ। ਗੁਰਬਾਣੀ 1430 ਅੰਗਾਂ ਦੇ ਵਿੱਚ ਸਾਰਾ ਕੁਝ ਆਪਾਂ ਨੂੰ ਦੱਸ ਰਹੇ ਕਿ ਤੁਸੀਂ ਦੇਖਣਾ ਕਿੱਦਾਂ, ਤੁਸੀਂ ਸੁਣਨਾ ਕਿੱਦਾਂ, ਤੁਸੀਂ ਬੋਲਣਾ ਕਿੱਦਾਂ, ਬਸ ਆ ਤਿੰਨ ਚੀਜ਼ਾਂ ਕਹਿੰਦੇ ਤੁਸੀਂ ਆਪਣੀ ਗੁਰਬਾਣੀ ਦੁਆਰਾ ਸੈੱਟ ਕਰ ਲਓ ਅਤੇ ਕਹਿੰਦੇ ਤੁਹਾਡਾ ਜੀਵਨ ਪੂਰਾ ਸੈੱਟ ਹੋ ਜਾਏਗਾ। ਉਹ ਕਿਵੇਂ ਜੀ? ਹੁਣ ਦੇਖੋ ਸਤਿਗੁਰੂ ਸਮਝਾ ਰਹੇ ਨੇ, ਹੁਣ ਕੀ ਹੋ ਰਿਹਾ ਕਿ ਇਹਨਾਂ ਨੇ ਕਹਿਣਾ ਹੈ ਦੁਬਧਾ ਫਲਾਣੀ ਆੜ ਅੰਦਰ ਬੈਠੇ ਤੁਹਾਡੇ, ਨਫ਼ਰਤ ਕਰਾਉਣੀ ਤੁਹਾਡੇ ਵਡਾਣੇ ਨੇ ਇੱਕ ਦੂਜੇ ਨਾਲ, ਤੁਹਾਡੀ ਗੱਲ ਮੈਨੂੰ ਨਹੀਂ ਚੰਗੀ, ਉਹਨਾਂ ਨੂੰ ਕਹਿੰਦੇ ਤੁਹਾਡਾ ਨਾ ਦੋਵਾਂ ਜੀਆਂ ਦਾ ਟਕਰਾਅ ਕਰਾਉਣਾ ਹੈ ਇਹਨਾਂ ਨੇ, ਟਕਰਾਅ ਨੂੰ ਕਹਿੰਦੇ ਤਮਾਸ਼ਾ, ਜਿਹਨੂੰ ਕਹਿੰਦੇ ਕੋਟ ਕੋ ਤਮਾਸ਼ਿਆ ਚਿਤਨਾਵੇ ਨਾ, ਰੱਬ ਨਹੀਂ ਰੱਬ ਭੁਲਾ ਦੇਣਾ, ਅਤੇ ਉਹਨੇ ਕਹਿੰਦਾ ਮੈਂ ਠੀਕ ਹਾਂ ਮੈਂ ਠੀਕ ਹਾਂ, ਆ ਦੋ ਟਕਰਾਅ ਹੋ ਗਈ, ਉਹ ਇਹ ਵੀ ਨਹੀਂ ਮੰਨ ਰਿਹਾ, ਹੁਣ ਇਹ ਵੀ ਨਹੀਂ ਮੰਨ ਰਿਹਾ, ਟਕਰਾਅ ਦੇ ਨਾਲ ਹੋ ਗਈ ਦੁਬਧਾ। ਹਾਂ, ਜਦੋਂ ਦੁਬਧਾ ਹੋ ਗਈ ਇਹਨੂੰ ਕਹਿੰਦੇ ਦੁਬਧਾ ਨੂੰ ਗੁਰਬਾਣੀ 'ਚ ਕਿਹਾ ਬੋਰਾ ਕਮਲਾ, ਦੁਬਧਾ ਬੋਰੀ ਮਨ ਬਰਾਇਆ ਝੂਠੇ ਲਾਲਕ ਲਾਲਚ ਜਨਮ ਗਵਾਇਆ, ਇਸ ਨੂੰ ਗੁਰਬਾਣੀ ਕਹਿੰਦੇ ਕਲੇਸ਼, ਮੇਰੇ ਮਨ 'ਚ ਰੋਸ ਆ ਗਿਆ ਕਿ ਮੈਨੂੰ ਹੁਣ ਇਹ ਜੀ ਚੰਗਾ ਨਹੀਂ ਲੱਗਦਾ ਕਿ ਉਹਨੇ ਮੇਰੀ ਗੱਲ ਨਹੀਂ ਮੰਨੀ, ਹੁਣ ਇਹਨੂੰ ਗੁਰਬਾਣੀ ਕਹਿੰਦੇ ਇਹੀ ਜਿਹੜੀ ਆ ਕਾਮ ਕ੍ਰੋਧ ਲੋਭ ਹੰਕਾਰ ਨਾ ਭਾਈ ਸਾਹਿਬ ਜੀ, ਇਹ ਸਾਰਿਆਂ ਦੇ ਮਨਾਂ ਦੇ ਅੰਦਰ ਪਿਓ ਪੁੱਤ ਭਾਈ ਭੈਣ ਰਿਸ਼ਤੇਦਾਰ ਅੱਗੋਂ ਸਮਾਜ ਵਿੱਚ ਧੜੇ ਬਣਾ ਤੇ, ਰਾਈਟ, ਸਾਰਿਆਂ ਦੇ ਅੰਦਰ ਧੜੇ ਕਿ ਤੁਸੀਂ ਮੇਰੀ ਗੱਲ ਨਹੀਂ ਮੰਨੀ, ਅੰਦਰ ਬੈਠੇ ਨੇ ਸਾਰਿਆਂ ਦੇ ਅੰਦਰ, ਤੁਹਾਡੇ ਵੀ ਅੰਦਰ ਬੈਠੇ ਮੇਰੇ ਅੰਦਰ ਵੀ ਬੈਠੇ, ਹਰ ਇੱਕ 84 ਲੱਖ ਜੂਨ ਦੇ ਉਹ ਜਾਗਤ ਅਵਸਥਾ 'ਚ ਨੇ, ਉਹ ਸਾਨੂੰ ਉਹ ਆਪਣੀ ਇਹਨਾਂ ਦਾ ਤਾਲਮੇਲ ਅੰਦਰੋਂ ਆਪ ਇਹ ਸੂਖਮ ਹੈ ਨਾ, ਅਤੇ ਆਪਾਂ ਇਹਨਾਂ ਦੇ ਉੱਤੇ ਹਾਵੀ ਕਿਵੇਂ ਹੋ ਸਕਦੇ ਹਾਂ? ਹਾਂ, ਹਾਵੀ ਹੋ ਸਕਦੇ ਇਸ ਤਰੀਕੇ ਨਾਲ ਜੇ ਆਪਣੇ ਕੋਲ ਗੁਰੂ ਦੀ ਮੱਤ ਆ ਜਾਏ। ਉਹ ਕਿਵੇਂ ਆਏਗੀ ਜੀ? ਉਹ ਗੁਰੂ ਦੀ ਮੱਤ ਇਸ ਤਰ੍ਹਾਂ ਆਏਗੀ, ਸਤਿਗੁਰ ਸਮਝਾਉਂਦੇ ਨੇ ਜੇ ਆਪਾਂ ਗੁਰਬਾਣੀ ਗੁਰੂ ਨੂੰ ਸੁਣਾਂਗੇ।
ਜੇ ਆਪਾਂ ਗੁਰਬਾਣੀ ਗੁਰੂ ਨੂੰ ਸੁਣ ਕੇ ਦੇਖੋ ਨਾ, ਸਤਿਗੁਰ ਦੀ ਗੁਰਬਾਣੀ ਆਪਾਂ ਪੜ੍ਹਦੇ ਹਾਂ, ਚਾਰ ਪੌੜੀਆਂ ਗੁਰਬਾਣੀ 'ਚ ਗੁਰੂ ਨਾਨਕ ਪਾਤਸ਼ਾਹ ਸੁਣਨ ਦੇ ਵਾਸਤੇ ਲਾਇਆ ਕਿ ਜੇ ਸੁਣੇਗਾ ਤੇਰੇ ਮਨ ਦੀ ਇਹ ਅਵਸਥਾ ਚੇਂਜ ਹੋ ਜਾਏਗੀ, ਫਿਰ ਕਹਿੰਦੇ ਜੇ ਮੰਨੇਗਾ ਫਿਰ ਆ ਹੋਊਗਾ। ਹੁਣ ਕੀ ਹੋ ਰਿਹਾ, ਤਾਂ ਕਹਿੰਦੇ ਨਾ ਗੁਰਬਾਣੀ 'ਚ ਆਪਾਂ ਨੂੰ ਪੜ੍ਹਨ ਤੋਂ ਪਹਿਲਾਂ, ਫਿਰ ਕਹਿੰਦੇ ਕਿ ਜਿਹੜੀ ਤੁਹਾਡੀ ਸੁਰਤੀ ਹੈ ਨਾ, ਆਪਣੇ ਧਿਆਨ ਨੂੰ ਸੁਰਤੀ ਦਾ ਵੀ ਨਾਮ ਦਿੱਤਾ ਹੈ, ਮਨ ਨੂੰ, ਕਹਿੰਦੇ ਤੁਹਾਡੀ ਸੁਰਤੀ ਇਹਨਾਂ ਤਿੰਨਾਂ ਗੁਣਾਂ ਦੇ ਵਿੱਚ ਸੁੱਤੀ ਪਈ ਹੈ, ਫਿਰ ਕਹਿੰਦੇ ਜਾਗ ਸਲੋ ਨੜੀਏ, ਗੁਰਬਾਣੀ ਬੋਲੀ ਪਹਿਲਾਂ ਇਹਨੂੰ ਜਗਾਓ, ਫਿਰ ਕਹਿੰਦੇ ਬੋਲੇ ਗੁਰਬਾਣੀ ਲਾ ਰਾਮ ਰਾਮ ਹੈ ਨਾ, ਜਿਨ ਸੁਣ ਮੰਨੜੀ, ਜਿਹਨੇ ਸੁਣੀ ਉਹਨੇ ਮੰਨਿਆ। ਕਰੈਕਟ। ਹੁਣ ਮੈਂ ਸੁਣਦਾ ਹੀ ਨਹੀਂ ਪਿਆ ਬਾਣੀ, ਕਿਉਂਕਿ ਮੇਰੇ ਅੰਦਰ ਵਿਚਾਰ ਚੱਲੀ ਜਾ ਰਹੇ ਨੇ। ਰਾਈਟ। ਜੇ ਮੈਨੂੰ ਕਹਿ ਰਹੇ ਗੁਰਬਾਣੀ ਕਹਿ ਰਹੀ ਕਿ ਆ ਜਿਹੜਾ ਜੀਵਨ ਆਪਾਂ ਜੀਣਾ, ਲਿਵ ਦੇ ਰਸਤੇ, ਹੁਣ ਮੇਰੇ ਮੈਂ ਤਾਂ ਸੁਣਿਆ ਹੀ ਨਹੀਂ ਹੈਗਾ, ਤੇ ਇਹਦਾ ਮਤਲਬ ਅੱਜ ਇੰਨੀ ਸਾਡੇ ਕੋਲ ਤਕਨੀਕਾਂ ਆ ਗਈਆਂ, ਅਸੀਂ ਘਰ ਤੋਂ ਹੀ ਸ਼ੁਰੂ ਕਰ ਸਕਦੇ ਹਾਂ। ਬਿਲਕੁਲ ਕਰ ਸਕਦੇ ਭਾਈ ਸਾਹਿਬ ਜੀ, ਘਰ 'ਚ ਬਹਿ ਕੇ ਸਟਾਰਟ ਫਰੋਮ ਹੋਮ। ਬਿਲਕੁਲ। ਆਪਾਂ ਨੂੰ ਸਮਝਾਇਆ ਗੁਰਬਾਣੀ 'ਚ, ਹੁਣ ਜਿਹੜੀ ਅਦੁਬਧਾ ਪਾਈ ਇਹਨਾਂ ਨੇ, ਕਾਮ ਕੋ ਲੋਭ ਹੰਕਾਰ ਨੇ, ਗੁਰਬਾਣੀ ਕਹਿ ਰਹੀ। ਹੁਣ ਤੁਸੀਂ ਮੈਨੂੰ ਜਿੰਨਾ ਮਰਜ਼ੀ ਸਮਝਾਈ ਜਾਓ ਭਾਈ ਸਾਹਿਬ, ਤੁਸੀਂ ਆਹ ਕੰਮ ਨਾ ਕਰੋ, ਵਰਵਲੀ ਸਮਝਾਈ ਜਾਓਗੇ, ਮੈਂ ਕਿਸੇ ਹੱਦ ਤੱਕ ਸਮਝ ਜਾ, ਪਰ ਇਹ ਅੰਦਰੋਂ ਖਤਮ ਨਹੀਂ ਹੋਏਗੀ। ਉਹ ਅੰਦਰੋਂ ਖਤਮ ਕਰਨ ਵਾਸਤੇ ਸਤਿਗੁਰੂ ਨੇ ਬਾਣੀ ਨੇ ਬੜਾ ਸੌਖਾ ਤਰੀਕਾ ਦੱਸਿਆ। ਉਹ ਕਹਿ ਰਹੇ ਹੋਵੋ ਇਕੱਤਰ, ਇਕੱਤਰ ਹੋਣ ਦਾ ਮਤਲਬ ਇਕੱਠੇ ਹੋ ਜਾਓ, ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੇ, ਆ ਦੁਬਧਾ ਦੇ ਵਿਚਾਰ, ਮੰਨ ਲਓ ਕਿ ਮੇਰੀ, ਮੰਨ ਲਓ ਕਿ ਹੁਣ ਦੁਬਧਾ ਕਿੱਦਾਂ, ਤੁਹਾਡੀ ਮੇਰੀ ਤੁਹਾਡੀ ਸੋਚ ਆ, ਮੰਨ ਲਓ ਤੁਸੀਂ ਮੰਨ ਰਹੇ ਸੀ ਅੱਗੇ, ਹੁਣ ਮੇਰੀ ਸੋਚ ਇਹ ਆ, ਹੁਣ ਤੁਹਾਡੀ ਸੋਚ ਅਤੇ ਮੇਰੀ ਸੋਚ ਅੰਤਰ ਹੈ, ਜਾਂ ਮੈਂ ਇੱਥੇ ਬਹਿ ਜਾਂ ਤਾਂ ਮੇਰੀ ਸੋਚ ਮਿਲ ਜਾਏਗੀ, ਜਾਂ ਤੁਸੀਂ ਇੱਥੇ ਆ ਜਾਓ ਮੇਰੀ ਸੋਚ ਮਿਲ ਜਾਏਗੀ। ਹੁਣ ਇਹਨਾਂ ਦੀ ਸੋਚ ਵੱਖਰੀ ਹੈ, ਇਹਨਾਂ ਦੀ ਸੋਚ ਵੱਖਰੀ, ਇੱਦਾਂ ਸਾਰਿਆਂ ਦੇ ਅੰਦਰ ਧੜੇ ਬਣਾ ਦਿੱਤੇ। ਗੁਰਬਾਣੀ ਕਹਿੰਦੇ ਆਸ਼ਾ ਦੇ ਉੱਥੇ ਕੰਮ ਹੈ, ਹਾਂਜੀ, ਇੱਥੇ ਅਭਿਲਾਸ਼ਾ ਅਤੇ ਉੱਥੇ ਕ੍ਰੋਧ, ਉਹਨਾਂ ਨੇ ਉਹਦੀ ਸੋਚਣਾ ਸੋਚਣਾ ਨਾ, ਤੁਸੀਂ ਆਹ ਸੋਚਣਾ ਸੋਚਣਾ। ਤੇ ਹੁਣ ਇਹਨਾਂ ਨੂੰ ਸਤਿਗੁਰ ਦੀ ਗੁਰਬਾਣੀ 'ਚ ਆਪਾਂ ਨੂੰ ਗਿਆਨ ਦਿੱਤਾ, ਕਹਿੰਦੇ ਹੋਵੋ ਇਕੱਤਰ, ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ, ਲਿਵ ਲਾਏ ਹਰ ਨਾਮੇ ਕਿ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਚਾਏ, ਕਹਿੰਦੇ ਇਕੱਠੇ ਹੋ ਕੇ ਬਹਿ ਜਾਓ। ਫਿਰ ਕਹਿੰਦੇ ਇਨ ਵਿਦ ਅਵਿਧੀ, ਗੁਰਬਾਣੀ ਆਪਾਂ ਨੂੰ ਉਹ ਜਿਹੜਾ ਤਰੀਕਾ ਤੁਸੀਂ ਪੁੱਛ ਰਹੇ, ਕੌਮ ਇਕੱਠੀ ਹੋ ਸਕਦੀ, ਬਿਲਕੁਲ ਹੋ ਸਕਦੀ, ਹੋ ਸਕਦੀ ਹੈ, ਬਿਲਕੁਲ ਹੋ ਸਕਦੀ, ਕੋਈ ਵੱਡੀ ਗੱਲ ਨਹੀਂ, ਕੋਈ ਵੱਡੀ ਗੱਲ ਨਹੀਂ, ਕੌਮ ਇਕੱਠੀ ਹੋਊਗੀ, ਮੰਨ ਲਓ ਇਕੱਠੀ ਤਾਂ ਹੋਊਗੀ ਕਿ ਉਹਨੂੰ ਸਭ ਤੋਂ ਪਹਿਲਾਂ ਭਾਈ ਤੁਸੀਂ ਵੀ ਨਹੀਂ ਆਪਣਾ ਸੋਚਣਾ, ਇਹਨਾਂ ਨੂੰ ਵੀ ਨਹੀਂ ਸੋਚਣਾ, ਇਹਨਾਂ ਨੇ ਸੋਚਣਾ, ਫਿਰ ਸੋਚ ਕਿੱਥੋਂ ਲੈਣੀ, ਗੁਰੂ ਪਿਤਾ ਤੋਂ। ਕਰੈਕਟ। ਜਦੋਂ ਗੁਰੂ ਪਿਤਾ ਦੀ ਸੋਚ ਲੈਣੀ, ਉਹਨੇ ਸਿਮਰਨ ਕਰੋ ਜੀ, ਕਿੱਦਾਂ ਕਰਨਾ, ਉਹਨੇ ਕਹਿੰਦੇ ਸਾਸ ਗ੍ਰਾਸ ਕਰੋ ਜੀ, ਅਤੇ ਕਿੱਦਾਂ ਕਰਨਾ, ਕਹਿੰਦੇ ਆਪਣੀ ਆਵਾਜ਼ ਨੂੰ ਸੁਣਨਾ, ਜੋ ਆਪਾਂ ਨੂੰ ਗੁਰਬਾਣੀ ਸਮਝਾਉਂਦੇ ਨੇ, ਮੋਹਕ ਹੈ ਬੋਲਣ ਬੋਲੀਏ ਜਿੱਤ ਸੁਣ ਤਰੇ ਪਿਆਰ, ਕਿ ਜਦੋਂ ਤੁਸੀਂ ਸ਼ਬਦ ਨੂੰ ਬਿਲਕੁਲ ਧਿਆਨ ਨਾਲ ਸੁਣੋਗੇ ਤੇ ਕਹਿੰਦੇ ਕੀ ਹੋਏਗਾ, ਇਹਨਾਂ ਦੀ ਵੀ ਮਤ ਖਤਮ ਹੋ ਜਾਏਗੀ, ਕਿਉਂਕਿ ਸ਼ਬਦ ਨੂੰ ਟਕਾ ਲਿਆ ਮਨ ਨੇ, ਇਹਨਾਂ ਦੀ ਵੀ ਮਨ ਮਤ ਖਤਮ ਹੋ ਜਾਏਗੀ, ਗਿਆਨ ਖਤਮ ਹੋ ਜਾਏਗਾ, ਕਿਉਂਕਿ ਸ਼ਬਦ ਨੇ ਟਕਾ ਲਿਆ, ਉਧਰੋਂ ਇਹਨਾਂ ਦੇ ਇਹ ਖਤਮ ਹੋ ਗਏ, ਇਹਨੂੰ ਕਹਿੰਦੇ ਤ੍ਰੈ ਗੁਣ ਖਤਮ ਕਰਤੇ। ਬਿਲਕੁਲ, ਇਹਦਾ ਮਤਲਬ ਕਹਿਣ ਦਾ ਭਾਵ ਇੱਕ ਮਤ ਹੋ ਗਏ ਭਾਈ ਸਾਹਿਬ, ਇੱਕ ਮਤ ਹੋਰ ਹੋਈ ਵੀ ਸੀ। ਹਾਂਜੀ, ਪੁਰਾਤਨ ਸਮੇਂ ਦੇ ਵਿੱਚ ਅਗਰ ਮੈਂ ਗੱਲ ਕਰਾਂ ਤਾਂ, ਜਿਵੇਂ ਤੁਸੀਂ ਸਮਝਾ ਰਹੇ ਹੋ, ਭੂਮ ਲੋਕ ਸੀਗਾ, ਆਕਾਸ਼ ਲੋਕ ਸੀਗਾ, ਉਹ ਤਾਂ ਸਰਵਾਈਵ ਹੀ ਨਹੀਂ ਕਰਦਾ ਸੀਗਾ, ਰਾਈਟ, ਅਗਰ ਕਰਦਾ ਵੀ ਸੀਗਾ ਤਾਂ ਉੱਥੇ ਤੱਕ ਸਾਡੇ ਜਿਹੜੇ ਸੁਪੀਰੀਅਰ ਸੀਗੇ ਉਹ ਪਹੁੰਚਦੇ ਹੀ ਨਹੀਂ ਸੀਗੇ, ਹਾਂਜੀ, ਰਾਈਟ, ਇਸ ਕਰਕੇ ਉਹਨਾਂ ਨੇ ਸਭ ਕੁਝ ਫਤਿਹ ਕਰ ਲਿਆ, ਬਿਲਕੁਲ ਬਿਲਕੁਲ, ਇੰਨੀ ਘੱਟ ਗਿਣਤੀ ਦੇ ਬਾਵਜੂਦ ਵੀ, ਕਿਉਂਕਿ ਉਹਨਾਂ ਦੀ ਸ਼ਕਤੀ ਜੋ ਇਹ ਸ਼ਬਦ ਤੇ ਲਿਵ ਦੇ ਰਸਤੇ ਚੱਲਦੇ, ਕਰੈਕਟ, ਤੇ ਹੋਰ ਵੀ ਬੜੇ ਸਾਰੇ ਤਮਾਮ ਸਵਾਲ ਨੇ ਮੇਰੇ ਜ਼ਹਿਨ ਦੇ ਵਿੱਚ ਚੱਲ ਰਹੇ ਨੇ, ਔਰ ਸਾਡੇ ਦਰਸ਼ਕਾਂ ਦੇ ਵਿੱਚ ਵੀ ਚੱਲ ਰਹੇ ਹੋਣਗੇ। ਮੈਂ ਤੁਹਾਨੂੰ ਬੇਨਤੀ ਕਰਦਾ ਕਿ ਜੇਕਰ ਤੁਸੀਂ ਕਾਲ ਕਰਨਾ ਚਾਹੁੰਦੇ ਹੋ ਤਾਂ ਇਸ ਹੇਠ ਲਿਖੇ ਨੰਬਰ ਦੇ ਉੱਤੇ ਲਾਈਵ ਕਾਲ ਕਰਕੇ ਤੁਸੀਂ ਆਪਣੇ ਵਿਚਾਰ ਇਸ ਮੰਚ ਦੇ ਉੱਤੇ ਰੱਖ ਸਕਦੇ ਹੋ। ਪਾਵਾਂਗੇ ਚਾਨਣਾ ਅੱਜ ਇਸ ਸ਼ਬਦ ਗੁਰੂ ਬਾਰੇ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ, ਮੈਨੂੰ ਕਾਫੀ ਸਾਰੇ ਦਰਸ਼ਕ ਕਾਲ ਕਰ ਰਹੇ ਨੇ, ਲੇਕਿਨ ਮੈਂ ਮਾਫੀ ਚਾਹਾਂਗਾ, ਕਾਲ ਮੈਂ ਤੁਹਾਡੀ ਪਿਕ ਨਹੀਂ ਕਰ ਸਕਦਾ ਕਿਉਂਕਿ ਸਮਾਂ ਸਾਡੇ ਕੋਲ ਘੱਟ ਹੈਗਾ, ਔਰ ਜਿਹੜੀ ਗੱਲ ਅਸੀਂ ਸਮਝ ਰਹੇ ਸੀਗੇ, ਜਿਹੜੇ ਵਿਚਾਰ ਅਸੀਂ ਸਮਝ ਰਹੇ ਸੀਗੇ, ਉਹ ਬਹੁਤ ਜ਼ਿਆਦਾ ਨੇ, ਸੋ ਅਸੀਂ ਇੱਥੇ ਤਵੱਜੋ ਦੇਵਾਂਗੇ ਜੀ। ਹਾਂਜੀ, ਗੁਰਮੁਖ ਪਿਆਰੇ, ਜਿਹੜਾ ਆਪਣਾ ਮੇਨ ਜਿਹੜੀ ਗੱਲ ਹੈ, ਹੁਣ ਸਾਰੀ ਗੱਲ ਤਾਂ ਹੋ ਗਈ, ਹੁਣ ਸਾਨੂੰ ਸਿਰਫ ਜਾਂਦੇ ਜਾਂਦੇ ਇਹ ਸਮਝਾ ਜਾਓ ਸਾਡੇ ਦਰਸ਼ਕਾਂ ਨੂੰ ਕਿ ਆਪਾਂ ਹੁਣ ਉੱਤੇ ਕਿਵੇਂ ਆਈਏ ਔਰ ਕਿਵੇਂ ਚੜ ਸਕਦੇ ਹਾਂ। ਬਿਲਕੁਲ, ਕਿਵੇਂ ਆਪਾਂ ਫਤਿਹ ਕਰ ਸਕਦੇ ਹਾਂ। ਇਹ ਸਤਿਗੁਰ ਨੇ ਗੁਰਬਾਣੀ 'ਚ ਪੌੜੀ ਕਿਹਾ, ਇਹ ਸੰਤ ਮਾਰਗ ਕਿਹਾ ਗੁਰਬਾਣੀ 'ਚ, ਇਹ ਸਤਿਗੁਰੂ ਗੁਰਬਾਣੀ 'ਚ ਆਪਾਂ ਨੂੰ ਕੀ ਗਿਆਨ ਦਿੰਦੇ ਨੇ, ਕਹਿੰਦੇ ਕਿ ਇਹ ਸਾਰਾ ਖੇਲ ਮਨ ਦਾ, ਅਤੇ ਮਨ ਵਿਚਾਰਾਂ ਦੇ ਵਿੱਚ ਹੈ, ਸੋਚਾਂ ਦੇ ਵਿੱਚ ਹੈ, ਅਤੇ ਸੋਚਾਂ ਦੇ ਵਿੱਚ ਦੁਖੀ ਹੋਈ ਜਾ ਰਿਹਾ ਦਿਨ ਰਾਤ। ਹੁਣ ਸਤਿਗੁਰੂ ਦੀ ਗੁਰਬਾਣੀ ਪਰ ਸਮਝਾਉਂਦੇ ਨੇ, ਕਹਿੰਦੇ ਜੇ ਤੂੰ ਆਪਣੇ ਘਰ ਜਾਣਾ ਚਾਹੁੰਦਾ ਤਾਂ ਕਹਿੰਦੇ ਕੀ ਕਰਨਾ, ਸਿਮਰਨ ਕਰਨਾ ਪੈਣਾ ਨਾਲ ਤੈਨੂੰ, ਕਰਮ ਕਰਦੇ ਆ, ਪਹਿਲਾਂ ਸਿਮਰਨ ਕਰੀਏ, ਕਿਉਂਕਿ ਗੁਰਬਾਣੀ 'ਚ ਕਈ ਸਾਰੇ ਅਜਿਹੇ ਅੱਖਰ ਨੇ ਜੋ ਮੈਂ ਆਪਣੀ ਗੱਲ ਕਰਾਂਗਾ, ਮੈਨੂੰ ਸਮਝ ਨਹੀਂ ਆਉਂਦੇ। ਹਾਂਜੀ ਹਾਂਜੀ, ਜਦੋਂ ਤੁਸੀਂ ਸਿਮਰਨ ਕਰੋਗੇ ਨਾ ਜੀ ਗੁਰਮੁਖ ਪਿਆਰੇ, ਤਾਂ ਹੀ ਤਾਂ ਕਹਿ ਰਹੇ ਕਿ ਜਦੋਂ ਜਗਾਓ ਪਹਿਲਾਂ ਆਪਣੇ ਮਨ ਨੂੰ, ਸਤਿਗੁਰੂ ਕਹਿੰਦੇ ਜਾਗ ਸਲੋ ਨੜੀਏ ਬੋਲੇ ਗੁਰਬਾਣੀ ਰਾਮ, ਕਿ ਜੇ ਜਦੋਂ ਜਾਗੋਗੇ ਤਾਂ ਫਿਰ ਜਦੋਂ ਸੁਣੋਗੇ ਤਾਂ ਫਿਰ ਜਾਗਣ ਦਾ ਮਤਲਬ ਹੈ ਕਿ ਜਦੋਂ ਤੁਸੀਂ ਗੁਰਬਾਣੀ ਪੜ੍ਹਦੇ ਵੀ ਤੁਸੀਂ ਜਾਗ ਸਕਦੇ, ਕਿੱਦਾਂ ਉਹ ਤਰੀਕਾ, ਕਹਿੰਦੇ ਜਦੋਂ ਤੁਸੀਂ ਰਸਨਾਂ ਦੁਆਰਾ ਬੋਲਦੇ ਹੋ ਨਾ, ਨੇਤਰਾਂ ਦੁਆਰਾ ਦਰਸ਼ਨ ਕਰਦੇ ਗੁਰੂ ਪਾਤਸ਼ਾਹ ਦੇ, ਅਤੇ ਕੰਨਾਂ ਦੁਆਰਾ ਪੂਰਾ ਧਿਆਨ, ਕਿ ਜੋ
ਠੀਕ ਹੈ, ਜਦੋਂ ਤੁਹਾਡੇ ਹਿਰਦੇ ਤੱਕ ਪਹੁੰਚਣੇ ਸ਼ੁਰੂ ਹੋ ਗਏ ਗੁਰਮੁਖ ਪਿਆਰਿਓ, ਉਦੋਂ ਤੁਹਾਨੂੰ ਆਹ ਬੁਨਿਆਦੀ ਵਿਚਾਰ ਨਹੀਂ ਆਉਣੇ, ਤੁਸੀਂ ਖੁੱਭ ਜਾਣਾ, ਕਿਉਂਕਿ ਧਿਆਨ ਇੱਕ ਹੈ, ਜਾਂ ਗੁਰਬਾਣੀ 'ਚ ਖੁੱਭੂਗਾ ਜਾਂ ਵਿਚਾਰਾਂ 'ਚ ਖੁੱਭੂਗਾ, ਮਾਇਆ 'ਚ ਖੁੱਭੂਗਾ। ਅਤੇ ਇਸੇ ਕਰਕੇ ਕਹਿੰਦੇ ਕਿ ਆਪਾਂ ਸਾਸ ਗ੍ਰਾਸ ਸਿਮਰਨ ਕਰਨਾ, ਜੋ ਗੁਰਬਾਣੀ ਕਹਿੰਦੇ ਨਿੱਤ ਜਪੀਏ ਸਾਸ ਗ੍ਰਾਸ, ਅਤੇ ਧਿਆਨ ਕਿੱਥੇ ਰੱਖਣਾ, ਧਿਆਨ ਜਿਹੜਾ ਇੱਥੇ ਖੁੱਭਿਆ ਹੋਇਆ ਨਾ ਵਿਚਾਰਾਂ 'ਚ, ਇੱਥੇ ਨਿਰੰਤਰ ਸਾਡਾ ਮਨ ਨਹੀਂ ਲੱਗਦਾ, ਟਿਕਦਾ ਨਹੀਂ, ਉਹ ਸਤਿਗੁਰੂ ਨੇ ਆਪਾਂ ਨੂੰ ਕਹਿੰਦੇ ਜਿਉਂ ਮੰਦਰ ਕੋ ਥਾਮੇ ਥੰਮਨ ਤਿਉਂ ਗੁਰ ਕਾ ਸ਼ਬਦ ਮਨੇ ਸਥੰਮ, ਕਹਿੰਦੇ ਜਿਵੇਂ ਛੱਤ ਖੜੀ ਨਾ ਚਾਰ ਦੀਵਾਰੀ ਦਿੱਤੀ ਹੋਈ ਹੈ, ਕਹਿੰਦੇ ਇੱਦਾਂ ਹੀ ਮਨ ਨੂੰ ਸ਼ਬਦ ਦਾ ਥੰਮ ਦਿਓ। ਲੇਕਿਨ ਬਾਬਾ ਜੀ ਜਿਹੜੇ ਗੁਰਬਾਣੀ ਪੜ੍ਹਦੇ ਵੀ ਹਨ, ਹਾਂਜੀ ਉਹ ਕਈ ਤਾਂ ਮੈਂ ਵੇਖਿਆ ਉੱਥੇ ਉਹ ਵੀ ਹਜੇ ਤੱਕ ਉੱਥੇ ਹੀ ਫਸੇ ਹੋਏ ਨੇ। ਹਾਂਜੀ ਇਸੇ ਕਰਕੇ ਨਾ ਉਹਨਾਂ ਨੇ ਪੜ੍ਹੀ ਹੈ, ਅੰਦਰ ਨਹੀਂ ਗਈ ਹੈ, ਤਾਂ ਕਰਕੇ ਔਗਣ ਅਜੇ ਤੇ ਔਗਣ। ਤਾਂ ਕਹਿੰਦੇ ਸਤ ਸੰਗਤ ਸਤਿਗੁਰੂ ਚਟਸਾਲ ਜਿੱਤ ਹਰ ਗੁਣ ਸਿੱਖਾਂ, ਤੇ ਕਹਿੰਦੇ ਜਦੋਂ ਗੁਣ ਸਿੱਖਣੇ ਅਸੀਂ ਪਤਾ ਲੱਗਣਾ ਕਿ ਆਹ ਕੰਮਾਂ ਕਰਕੇ ਆਪਾਂ ਪਿਤਾ ਤੋਂ ਵਿਛੜੇ ਹਾਂ, ਬੇਮੁੱਖਾਂ, ਤੇ ਆਹ ਛੱਡਣੇ ਤੇ ਜੇ ਆਪਾਂ ਬਾਣੀ ਪੜ੍ਹਦੇ ਉਹੀ ਕੰਮ ਕਰੀ ਜਾਂਦੇ ਹਾਂ, ਆਹੀ ਕੰਮ ਆਪਣੇ ਅੰਦਰ ਉਹੀ ਸੋਚਾਂ ਉਹੀ ਵਿਚਾਰਾਂ ਚੱਲੀ ਜਾਂਦੀਆਂ, ਫਿਰ ਸਤਿਗੁਰੂ ਕਹਿੰਦੇ ਇਹ ਬਾਣੀ ਪੜ੍ਹ ਤੇ ਰਿਹਾ ਪਰ ਇਹਦੇ ਅੰਦਰ ਬਾਣੀ ਵੱਸੀ ਨਹੀਂ, ਜਾ ਨਹੀਂ ਰਹੀ, ਅਤੇ ਆਉਣ ਜਾਏਗੀ। ਤਾਂ ਵੀਰ ਜੀ ਜੇ ਗੁਰਸਾਹਿਬ ਕਹਿੰਦੇ ਗੁਰਬਾਣੀ 'ਚ ਆਪਾਂ ਇਹ ਜਿਹੜਾ ਲਿਵ ਦਾ ਰਸਤਾ ਸਿਮਰਨ ਕਰਕੇ ਆਪਾਂ ਇਸ ਨੂੰ ਪਾਰ ਕਰ ਸਕਦੇ ਹਾਂ, ਘਰ ਤੋਂ ਸ਼ੁਰੂ ਹੋ ਸਕਦਾ, ਘਰ ਤੋਂ ਜਿਵੇਂ ਹੁਣ ਸਾਰਾ ਪਰਿਵਾਰ ਬਹਿ ਜਾਓ, ਇੱਕ ਦੋ ਜਣਾ ਜੇ ਨਹੀਂ ਤੁਰਦੇ ਫਿਰਦੇ, ਇਹ ਨਹੀਂ ਕਿ ਇਕੱਲਾ ਆਪਾਂ ਬਹਿ ਕੇ ਕੰਮ ਛੱਡਣਾ, ਕੰਮ ਕਰਦੇ ਕਰਦੇ, ਜਿਵੇਂ ਕੰਮ ਕਰਦੇ ਕਰਦੇ ਸੋਚਾਂ ਲੈਂਦੇ ਨਾ, ਕੰਮ ਕਰਦੇ ਕਰਦੇ ਤੁਸੀਂ ਸਿਮਰਨ ਕਰਨਾ, ਬਸ ਵਾਹਿਗੁਰੂ ਬਰਾਬਰ ਕਰਨਾ ਜੇ 50-50 ਹਾਥ ਪਾਉਣ ਸੇ ਕੌਮ ਸਭ ਨਾ, ਅਤੇ ਆਪਣਾ ਧਿਆਨ ਆਪਣਾ ਵਾਹਿਗੁਰੂ ਜੀ ਨਾਲ ਲਾਉਣਾ, ਅਤੇ ਉਹ ਕੀ ਕਰਨਾ ਰਸਨਾ ਦੁਆਰਾ ਬੋਲਣਾ ਅਤੇ ਕੰਨਾਂ ਦੁਆਰਾ ਸੁਣਨਾ, ਇੱਥੋਂ ਇੱਥੇ ਤੱਕ ਲਿਜਾਣਾ। ਗੁਰੂ ਪਿਤਾ ਨੇ ਇੰਨੀ ਕੁ ਡਿਊਟੀ ਦਿੱਤੀ ਹੈ ਹੁਣ ਕਿ ਇੱਥੇ ਤੱਕ ਅੰਦਰ ਜਾਣ ਨਹੀਂ ਦੇ ਰਹੇ, ਇੱਥੋਂ ਹੀ ਚੱਕ ਲੈਂਦੇ, ਬਾਹਰ ਫੁਰਨਿਆਂ ਦੇ ਵਿੱਚ ਲੈ ਜਾਂਦੇ ਨੇ, ਅਤੇ ਉਹ ਕਿੱਦਾਂ ਜਪਣਾ ਆਪਾਂ ਇੱਕ ਮਿੰਟ ਲਈ ਸਾਰੇ ਜਪ ਲੈਂਦੇ ਹਾਂ ਜੀ। ਠੀਕ ਹੈ, ਕਿ ਜਪਣਾ ਕਿੱਦਾਂ, ਜਦੋਂ ਆਪਾਂ ਤੁਰਦੇ ਫਿਰਦੇ ਹਾਂ ਉਦੋਂ ਅੱਖਾਂ ਖੋਲ੍ਹ ਕੇ ਕੰਮ ਕਰੀ ਜਾਣਾ, ਅਤੇ ਜਦੋਂ ਆਪਾਂ ਬਹਿ ਕੇ ਜਪਣਾ ਪਰਿਵਾਰ ਦੇ ਵਿੱਚ, ਜਿਵੇਂ ਤੁਸੀਂ ਮੈਨੂੰ ਪੁੱਛਿਆ ਕਿ ਕਿੱਦਾਂ ਨਿਕਲ ਸਕਦੇ ਹਾਂ, ਆਪਾਂ ਉਦੋਂ ਸਾਰਿਆਂ ਨੇ ਨੇਤਰ ਵੀ ਬੰਦ ਕਰ ਲੈਂਦੇ ਹਾਂ, ਰਸਨਾ ਨੂੰ ਬੋਲਣ ਲੱਗ ਦਿੰਦਾ ਕੰਨਾਂ ਨੂੰ, ਜਿਵੇਂ ਕਹਿੰਦੇ ਅੰਤਰ ਗੁਰੂ ਆਰਾਧਨਾ ਜੇਵਾ ਜਪ ਗੁਰੂ ਨਾਓ, ਨੇਤਰੀ ਸਤਿਗੁਰੂ ਪੇਖਣਾ ਸਰਵਰਨੀ ਸੁਣਨਾ ਗੁਰੂ ਨਾਓ, ਸਤਿਗੁਰੂ ਸੇਤੀ ਰਤਾ। ਇਹ ਤਰੀਕਾ ਹੈ, ਕਹਿੰਦੇ ਨੇਤਰਾਂ ਨੂੰ ਬੰਦ ਕਰ ਲਓ, ਸਰਵਨਾ ਨੂੰ ਜੋ ਮੁੱਖ ਦੁਆਰਾ ਬੋਲਣਾ ਨੂੰ ਕੰਨਾਂ ਦੁਆਰਾ ਸੁਣਨ ਲੱਗ ਜਾਣਾ, ਅਤੇ ਕਿੱਦਾਂ ਬੋਲਣਾ ਜਿਵੇਂ ਸਾਸ ਗ੍ਰਾਸ ਸਤਿਗੁਰ ਦੀ ਬਾਣੀ ਆਪਾਂ ਸਮਝਾਉਂਦੇ ਨੇ, ਵਾਹਿਗੁਰੂ ਵਾਹ, ਧਿਆਨ ਜਿਹੜਾ ਰੱਖਣਾ ਨਾ ਮੁੱਖ ਵੀਰ ਜੀ, ਉਹ ਰੱਖਣਾ ਆਪਣੀ ਆਵਾਜ਼ ਦੇ ਵਿੱਚ, ਜੋ ਬੋਲਣਾ ਉਹਨੂੰ ਸੁਣਨਾ, ਉਹਨੂੰ ਸੁਣ ਕੇ ਅੰਦਰ ਲੈ ਕੇ ਜਾਣਾ। ਠੀਕ ਹੈ, ਅਤੇ ਇੱਦਾਂ ਜੇ ਤੁਸੀਂ ਸਿਮਰਨ ਕਰੋਗੇ ਵਾਹਿਗੁਰੂ 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 ਵਾਹ, ਇਹ ਸਿਮਰਨ ਤੁਹਾਨੂੰ ਹੋਸ਼ ਵਿੱਚ ਲਿਆਉਣਾ, ਪ੍ਰੈਜੈਂਟ 'ਚ ਲਿਆਉਣਾ। ਠੀਕ ਹੈ, ਇਹ ਪਾਸਟ ਫਿਊਚਰ ਸਾਡਾ, ਕਰੈਕਟ ਕਰੈਕਟ ਕਰੈਕਟ, ਅਤੇ ਇਹ ਬੇਸਿਕਲੀ ਦੁਵਿਧਾ ਦੇ ਵਿੱਚ ਸਾਡੀ ਕੌਮ ਜਿਹੜੀ ਹੈ ਉਹ ਫਸੀ ਹੋਈ ਹੈ, ਦੁਚਿੱਤੀ ਇੱਥੇ ਪੈਦਾ ਹੋਈ ਹੋਈ ਹੈ। ਬਿਲਕੁਲ, ਕੱਢ ਸਕਦੇ ਹਾਂ ਆਪਾਂ, ਕੱਢ ਸਕਦੇ ਜੇ ਗੁਰੂ ਦੀ ਮੱਤ ਲਈ, ਲਿਜਾ ਸਕਦੇ ਹਾਂ। ਸੋ ਬਹੁਤ ਅਹਿਮ ਜਾਣਕਾਰੀਆਂ ਅੱਜ ਦੇ ਇਸ ਮੰਚ ਦੇ ਉੱਤੇ ਭਾਈ ਕਮਲਜੀਤ ਸਿੰਘ ਜੀ ਹੋਰਾਂ ਨੇ ਰੱਖੀ, ਨਿਊਯਾਰਕ ਤੋਂ ਇਹ ਸੰਬੰਧ ਰੱਖਦੇ ਹਨ। ਬਕਾਇਦਾ ਤੌਰ ਦੇ ਉੱਤੇ ਨਿਊਯਾਰਕ ਦੇ ਵਿੱਚ ਇਹ ਹੁਣ ਹਾਲ ਫਿਲਹਾਲ ਦੇ ਵਿੱਚ ਗੁਰਮਤਿ ਕੈਂਪ ਲਾਇਆ ਹੋਇਆ, ਉਹ ਵੀ ਤੁਸੀਂ ਦਰਸ਼ਕਾਂ ਨੂੰ ਦੱਸ ਦਿਓ। ਹਾਂਜੀ, ਗੁਰਮੁਖ ਪਿਆਰੇ, ਜਿਨ੍ਹਾਂ ਨੇ ਵੀ ਹੋਰ ਲਾਹਾ ਲੈਣਾ, ਇਹ ਸਾਰਾ ਵਿਚਾਰ ਸ਼ਬਦ ਦੀ ਸੱਚਖੰਡ ਗੁਰੂ ਨਾਨਕ ਦਰਬਾਰ ਗੁਰਦੁਆਰਾ ਜੋ ਸਾਊਥ ਓਜਨ ਪਾਰਕ ਦੇ ਵਿੱਚ ਹੈ, ਉਹਦਾ ਐਡਰੈਸ ਹੈਗਾ ਜੀ 131-28 131 Avenue। ਠੀਕ ਹੈ, ਹਾਂਜੀ, ਅਤੇ ਨਿਊਯਾਰਕ ਦੇ ਵਿੱਚ ਸਾਊਥ ਓਜਨ ਪਾਰਕ ਤੁਸੀਂ ਪਹੁੰਚ ਸਕਦੇ ਹੋ ਔਰ ਉਹਦਾ ਲਾਹਾ ਤੁਸੀਂ ਲੈ ਸਕਦੇ ਹੋ ਜੇਕਰ ਤੁਸੀਂ ਨਿਊਯਾਰਕ ਦੇ ਵਿੱਚ ਇਸ ਪ੍ਰੋਗਰਾਮ ਨੂੰ ਵੇਖ ਰਹੇ ਹੋ, ਜਾਂ ਫਿਰ ਤੁਸੀਂ ਆਪਣੀ ਘਰ ਦੇ ਵਿੱਚ ਹੁਣ ਤੁਸੀਂ ਕਰ ਸਕਦੇ ਹੋ, ਜੇ ਤੁਸੀਂ ਕਿਸੇ ਹੋਰ ਸਟੇਟ ਦੇ ਵਿੱਚ ਰਹਿੰਦੇ ਹੋ, ਜਿਵੇਂ ਸਾਨੂੰ ਦੱਸਿਆ ਕਿ ਤੁਸੀਂ ਸਿਮਰਨ ਕਰਕੇ ਇਹ ਸਾਰੀ ਗੱਲਾਂ ਆਪਣੇ ਮਨ ਦੇ ਵਿੱਚ ਲਿਆ ਸਕਦੇ ਹੋ ਔਰ ਧਿਆਨ ਦੇ ਸਕਦੇ ਹੋ ਸਕਦਾ। ਕੋਸ਼ਿਸ਼ ਕਰਾਂਗੇ ਅਸੀਂ ਅਜਿਹੇ ਪ੍ਰੋਗਰਾਮ ਤੁਹਾਡੀ ਖਿਦਮਤ ਦੇ ਵਿੱਚ ਹੋਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਲਿਆਉਂਦੇ ਰਹਾਂਗੇ, ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਕਿ ਇਹ ਪੂਰਾ ਵੀਕ ਜਿਹੜਾ ਹੈਗਾ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਹੈ, ਉਹਨਾਂ ਸਾਹਿਬਜ਼ਾਦਿਆਂ ਨੂੰ ਸਮਰਪਿਤ ਹੈ, ਉਸ ਮਾਤਾ ਨੂੰ ਸਮਰਪਿਤ ਹੈ ਜੋ ਕਿ ਸਿਰਫ ਦੇਸ਼ ਕੌਮ ਦੇ ਖਾਤਰ ਸਾਡੀ ਇਸ ਜ਼ਿੰਦਗੀ ਨੂੰ ਸਵਾਰ ਗਏ ਔਰ ਆਪਣੇ ਆਪ ਨੂੰ ਨਿਛਾਵਰ ਕਰ ਗਏ। ਮੈਂ ਸੀਗਾ ਹਰਕਿਰਤ ਸਿੰਘ ਆਲੂਵਾਲੀਆ, ਧੰਨਵਾਦ, ਸਤਿ ਸ੍ਰੀ ਅਕਾਲ।